ਜਾਹਿੰਦੋਸਤੋ ਮੈਂ ਅਰਸ਼ਮ ਕਵਾਣਾ ਤੁਹਾਡੇ ਆਪਣੇ YouTube ਚੈਨਲ ਵਿਸ਼ੇਸ਼ ਡਿਫੈਂਸ ਅਕੈਡਮੀ ਵਿੱਚ ਸਵਾਗਤ ਕਰਦਾ ਹਾਂ ਹਾਂਜੀ ਤਾਂ ਆਪਾਂ ਅੱਜ ਦੀ ਕਲਾਸ ਦੇ ਵਿੱਚ ਰੀਜਨਿੰਗ ਸਪੈਸ਼ਲ ਬੈਚ ਦਾ ਨਿਊ ਚੈਪਟਰ ਸ਼ੁਰੂ ਕਰਾਂਗੇ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਚੈਪਟਰ ਸ਼ੁਰੂ ਕਰਾਂਗੇ ਕੈਲੰਡਰ ਠੀਕ ਹੈ ਜੀ ਲਓ ਜੀ ਤੇ ਕਲੰਡਰ ਬਹੁਤ ਹੀ ਇੰਟਰਸਟਿੰਗ ਚੈਪਟਰ ਹੈ ਬਟ ਲਗਭਗ ਕਈ ਬੱਚਾ ਨੂੰ ਜੋ ਕਲੰਡਰ ਦੇ ਵਿੱਚ ਕਨਫਿਊਜ਼ਨ ਰਹਿੰਦੀ ਹੈ ਠੀਕ ਹੈ ਜੀ ਉਹ ਕਨਫਿਊਜ਼ਨ ਕਿਉਂ ਰਹਿੰਦੀ ਹੈ ਕਿਉਂਕਿ ਉਹਨਾਂ ਦਾ ਜੋ ਕਲੰਡਰ ਚੈਪਟਰ ਹੈ ਇਹਦਾ ਜੋ ਬੇਸਿਕ ਕਨਸੈਪਟ ਹੈ ਉਹ ਕਲੀਅਰ ਨਹੀਂ ਹੈ ਠੀਕ ਹੈ ਜੀ ਤੇ ਜਿੰਨਾ ਚਿਰ ਬੇਸਿਕ ਕਨਸੈਪਟ ਨਹੀਂ ਕਲੀਅਰ ਹੋਏਗਾ ਉਨਾ ਚਿਰ ਕਨਫਿਊਜ਼ਨ ਰਹੇਗੀ ਠੀਕ ਹੈ ਜੀ ਬਟ ਆਪਾਂ ਕੈਲੰਡਰ ਨੂੰ ਬਿਲਕੁਲ ਬੇਸਿਕ ਤੋਂ ਸ਼ੁਰੂ ਕਰਾਂਗੇ ਠੀਕ ਹੈ ਜੀ ਜੋ ਕੈਲੰਡਰ ਦਾ ਆਪਣੇ ਕੋਲ ਬਿਲਕੁਲ ਬੇਸਿਕ ਕਨਸੈਪਟ ਹੈ ਉੱਥੋਂ ਆਪਾਂ ਇਹਨੂੰ ਸ਼ੁਰੂ ਕਰਾਂਗੇ ਤੇ ਆਈ ਹੋਪ ਕਿ ਇਹ ਕਲਾਸ ਦੇਖਣ ਤੋਂ ਬਾਅਦ ਤੁਹਾਡਾ ਕੈਲੰਡਰ ਦੇ ਵਿੱਚ ਕਦੇ ਵੀ ਕਨਫਿਊਜ਼ਨ ਨਹੀਂ ਰਹੇਗਾ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਸੋ ਕੈਲੰਡਰ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਠੀਕ ਹੈ ਜੀ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਵੀ ਜੋ ਕੈਲੰਡਰ ਹੈ ਉਹ ਆਪਾਂ ਯੂਜ਼ ਕਰਦੇ ਹਾਂ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਫਸਟ ਆਫ ਆਲ ਕਿ ਜੋ ਆਪਣੇ ਕੋਲ ਇੱਕ ਸਾਲ ਹੁੰਦਾ ਹੈ ਠੀਕ ਹੈ ਜੀ ਜੋ ਆਪਣੇ ਕੋਲ 1 ਸਾਲ ਹੁੰਦਾ ਹੈ 1 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਦਿਨ ਹੁੰਦੇ ਆ ਤਾਂ 1 ਸਾਲ ਦੇ ਵਿੱਚ ਆਪਣੇ ਕੋਲ 365 ਦਿਨ ਹੁੰਦੇ ਆ ਠੀਕ ਹੈ ਜੀ 1 ਸਾਲ ਦੇ ਵਿੱਚ ਆਪਣੇ ਕੋਲ 1 ਸਾਲ ਦੇ ਵਿੱਚ ਆਪਣੇ ਕੋਲ 365 ਦਿਨ ਹੁੰਦੇ ਆ ਠੀਕ ਹੈ ਜੀ ਤਾਂ ਕਈ ਵਾਰ ਆਪਣੇ ਕੋਲ ਸਾਲ ਦੇ ਵਿੱਚ ਕਿੰਨੇ ਦਿਨ ਹੁੰਦੇ ਆ 366 ਦਿਨ ਹੁੰਦੇ ਆ ਠੀਕ ਹੈ ਜੀ ਇੰਨਾ ਤਾਂ ਸਾਰਿਆਂ ਨੂੰ ਪਤਾ ਹੋਏਗਾ ਠੀਕ ਹੈ ਜੀ ਆਪਣੇ ਕੋਲ 1 ਸਾਲ ਦੇ ਵਿੱਚ 365 ਦਿਨ ਹੁੰਦੇ ਆ ਠੀਕ ਹੈ ਜੀ ਕਈ ਵਾਰ ਆਪਣੇ ਕੋਲ ਸਾਲ ਦੇ ਵਿੱਚ 366 ਦਿਨ ਹੁੰਦੇ ਆ ਠੀਕ ਹੈ ਜੀ ਜਦੋਂ ਆਪਣੇ ਕੋਲ ਸਾਲ ਦੇ ਵਿੱਚ 365 ਦਿਨ ਹੁੰਦੇ ਆ ਤਾਂ ਉਹ ਸਾਲ ਨੂੰ ਆਪਾਂ ਬੋਲਦੇ ਆ ਨੋਰਮਲ ਈਅਰ ਠੀਕ ਹੈ ਜੀ ਉਹਨੂੰ ਬੋਲਦੇ ਆਪਾਂ ਨੋਰਮਲ ਈਅਰ ਤੇ ਜਿਹੜੇ ਸਾਲ ਦੇ ਵਿੱਚ ਆਪਣੇ ਕੋਲ 366 ਦਿਨ ਹੋਣ ਉਹਨੂੰ ਆਪਾਂ ਬੋਲਦੇ ਆ ਲੀਪ ਈਅਰ ਠੀਕ ਹੈ ਜੀ ਜਿਹਨੂੰ ਆਪਾਂ ਬੋਲ ਦਿੰਦੇ ਆ ਲੀਪ ਦਾ ਸਾਲ ਠੀਕ ਹੈ ਜੀ ਚਲੋ ਜੀ ਤੇ ਹੁਣ ਆਪਾਂ ਨੂੰ ਪਤਾ ਹੈ ਕਿ ਜੋ ਆਪਣੇ ਕੋਲ ਜੋ ਆਪਣੇ ਕੋਲ ਨਾਰਮਲ ਇਅਰ ਹੁੰਦਾ ਹੈ ਠੀਕ ਹੈ ਜੀ ਇਹਦੇ ਵਿੱਚ ਜੋ ਆਪਣੇ ਕੋਲ ਫਰਵਰੀ ਹੁੰਦੀ ਹੈ ਉਹ ਹੁੰਦੀ ਹੈ ਆਪਣੇ ਕੋਲ 28 ਦਿਨ ਦੀ ਠੀਕ ਹੈ ਜੀ ਨਾਰਮਲ ਇਅਰ ਦੇ ਵਿੱਚ ਜੋ ਆਪਣੇ ਕੋਲ ਫਰਵਰੀ ਹੁੰਦੀ ਹੈ ਉਹ ਹੁੰਦੀ ਹੈ ਆਪਣੇ ਕੋਲ 28 ਦਿਨਾਂ ਦੀ ਠੀਕ ਹੈ ਜੀ ਤੇ ਲੀਪ ਦੇ ਸਾਲ ਦੇ ਵਿੱਚ ਜੋ ਫਰਵਰੀ ਹੁੰਦੀ ਹੈ ਉਹ ਹੁੰਦੀ ਹੈ ਆਪਣੇ ਕੋਲ 29 ਦਿਨਾਂ ਦੀ ਠੀਕ ਹੈ ਜੀ ਇੰਨਾ ਸਾਰਿਆਂ ਨੂੰ ਪਤਾ ਹੋਏਗਾ ਠੀਕ ਹੈ ਜੀ ਆਪਣੇ ਕੋਲ ਨੋਰਮਲ ਈਅਰ ਦੇ ਵਿੱਚ 365 ਦਿਨ ਹੁੰਦੇ ਆ ਈਪ ਦੇ ਸਾਲ ਦੇ ਵਿੱਚ ਆਪਣੇ ਕੋਲ 366 ਹੁੰਦੇ ਆ ਠੀਕ ਹੈ ਜੀ ਨੋਰਮਲ ਈਅਰ ਦੇ ਵਿੱਚ ਫਰਵਰੀ ਆਪਣੇ ਕੋਲ 28 ਦਿਨ ਦੀ ਹੁੰਦੀ ਹੈ ਤੇ ਈਪ ਦੇ ਸਾਲ ਦੇ ਵਿੱਚ ਆਪਣੇ ਕੋਲ ਫਰਵਰੀ ਆ ਜੋ 29 ਦਿਨ ਦੀ ਹੁੰਦੀ ਹੈ ਠੀਕ ਹੈ ਜੀ ਚਲੋ ਜੀ ਹੁਣ ਈਪ ਦਾ ਸਾਲ ਪਤਾ ਆਪਾਂ ਨੂੰ 4 ਸਾਲ ਬਾਅਦ ਆਉਂਦਾ ਹੈ ਠੀਕ ਹੈ ਜੀ ਚਲੋ ਜੀ ਤਾਂ ਜਿਵੇਂ ਆਪਾਂ ਦੇਖੀਏ ਆਪਣੇ ਕੋਲ ਜਿਵੇਂ ਕੁਝ ਆਪਾਂ ਐਗਜ਼ਾਮਪਲ ਲੈਣੇ ਆ 2011 2012 2013 2014 2015 ਤੇ 2016 ਠੀਕ ਹੈ ਜੀ ਚਲੋ ਜੀ ਤਾਂ ਆਪਾਂ 2011 ਦੇਖੀ ਤਾਂ ਇਹ ਕੀ ਆਪਣੇ ਕੋਲ ਨਾਰਮਲ ਇਅਰ ਹੈ ਠੀਕ ਹੈ ਜੀ ਇਹ ਆਪਣੇ ਕੋਲ ਕੀ ਹੈ ਨਾਰਮਲ ਇਅਰ ਹੈ ਤੇ ਇਹਦੇ ਵਿੱਚ ਆਪਣੇ ਕੋਲ ਫਰਵਰੀ ਕਿੰਨੇ ਦਿਨ ਦੀ ਹੋਏਗੀ 28 ਦਿਨ ਦੀ ਹੋਏਗੀ ਠੀਕ ਹੈ ਜੀ ਫਰਵਰੀ 28 ਦਿਨ ਦੀ ਹੋਏਗੀ 2012 ਕੀ ਆਪਣੇ ਕੋਲ ਲੀਪ ਦਾ ਸਾਲ ਹੈ ਇਹਦੇ ਵਿੱਚ ਆਪਣੇ ਕੋਲ ਫਰਵਰੀ ਹੋਏਗੀ 29 ਦਿਨ ਦੀ 2013 ਲੀਪ ਨਾਰਮਲ ਈਅਰ ਹੈ ਇਹਦੇ ਵਿੱਚ ਫਰਵਰੀ ਹੋਏਗੀ 28 ਦਿਨ ਦੀ 2014 ਨਾਰਮਲ ਈਅਰ ਹੈ ਇਹਦੇ ਵਿੱਚ ਫਰਵਰੀ ਹੋਏਗੀ 28 ਦਿਨ ਦੀ 2015 ਆਪਣੇ ਕੋਲ ਨਾਰਮਲ ਈਅਰ ਹੈ ਇਹ ਚ ਫਰਵਰੀ ਹੋਏਗੀ 28 ਦਿਨ ਦੀ ਤੇ 2016 ਆਪਣੇ ਕੋਲ ਕੀ ਹੈ ਲੀਪ ਦਾ ਸਾਲ ਹੈ ਇਹਦੇ ਵਿੱਚ ਆਪਣੇ ਕੋਲ ਜੋ ਫਰਵਰੀ ਹੈ ਉਹ ਹੋਏਗੀ ਆਪਣੇ ਕੋਲ 29 ਦਿਨ ਦੀ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਕਿਹੜਾ ਈਅਰ ਹੈ ਜਿਹੜਾ ਆਪਣੇ ਕੋਲ ਲੀਪ ਦਾ ਸਾਲ ਹੈ ਜਾਂ ਨੋਰਮਲ ਈਅਰ ਹੈ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਾਂ ਦੇਖਾਂਗੇ ਵੀ ਆਪਾਂ ਨੂੰ ਕਿਵੇਂ ਪਤਾ ਚੱਲੂਗਾ ਵੀ ਕਿਹੜਾ ਈਅਰ ਆਪਣੇ ਕੋਲ ਨੋਰਮਲ ਈਅਰ ਹੈ ਜਾਂ ਲੀਪ ਦਾ ਈਅਰ ਹੈ ਠੀਕ ਹੈ ਜੀ ਚਲੋ ਜੀ ਤਾਂ ਆਪਾਂ ਕੁਝ ਐਗਜ਼ਾਮਪਲਸ ਲੈਣੇ ਆ ਫਿਰ ਦੇਖਦੇ ਆਪਾਂ ਵੀ ਕਿਵੇਂ ਫਾਈਂਡ ਕਰਾਂਗੇ ਆਪਾਂ ਵੀ ਕਿਹੜਾ ਲੀਪ ਦਾ ਈਅਰ ਹੈ ਜਾਂ ਨੋਰਮਲ ਈਅਰ ਹੈ ਠੀਕ ਹੈ ਜੀ ਚਲੋ ਜੀ ਤਾਂ ਆਪਣੇ ਕੋਲ ਹੈਗਾ ਜਿਵੇਂ ਫਰਸਟ ਆਪਣੇ ਕੋਲ 2000 ਬੀ ਆ ਗਿਆ ਠੀਕ ਹੈ ਜੀ ਸੈਕੰਡ ਆਪਣੇ ਕੋਲ ਆ ਗਿਆ 1993 ਠੀਕ ਹੈ ਜੀ ਥਰਡ ਆਪਣੇ ਕੋਲ ਹੈਗਾ 1995 ਠੀਕ ਹੈ ਜੀ ਫੋਰਥ ਹੈਗਾ ਆਪਣੇ ਕੋਲ 1992 ਲਓ ਜੀ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਣੇ ਕੋਲ ਉਹ ਈਅਰ ਉਹ ਸਾਲ ਆਪਣੇ ਕੋਲ ਲੀਪ ਦਾ ਸਾਲ ਹੋਏਗਾ ਜਿਹਨੂੰ ਆਪਾਂ 4 ਨਾਲ ਡਿਵਾਈਡ ਕਰੀਏ ਤੇ ਆਪਣੇ ਕੋਲ ਰਿਮੇਂਡਰ 0 ਆ ਜਾਏ ਠੀਕ ਹੈ ਜੀ ਮੀਨਸ ਉਹ ਇਅਰ ਆਪਣੇ ਕੋਲ ਲੀਪ ਦਾ ਇਅਰ ਹੋਏਗਾ ਜਿਹਨੂੰ 4 ਨਾਲ ਡਿਵਾਈਡ ਕਰਦੇ ਆਪਣੇ ਕੋਲ 0 ਰਿਮੈਂਡਰ ਬਚੇ ਮਤਲਬ ਉਹ ਪੂਰਾ ਪੂਰਾ 4 ਤੇ ਡਿਵਾਈਡ ਹੋ ਜਾਏ ਠੀਕ ਹੈ ਜੀ ਤਾਂ ਜਿਵੇਂ ਆਪਾਂ ਦੇਖੀਏ 2020 ਇਹਨੂੰ ਆਪਾਂ 4 ਨਾਲ ਡਿਵਾਈਡ ਕਰਕੇ ਦੇਖਾਂਗੇ ਜੇ 4 ਨਾਲ ਡਿਵਾਈਡ ਹੋ ਗਿਆ ਪੂਰਾ ਪੂਰਾ ਤਾਂ ਆਪਣੇ ਕੋਲ ਕੀ ਹੋਏਗਾ ਲੀਪ ਦਾ ਇਅਰ ਹੋਏਗਾ ਠੀਕ ਹੈ ਜੀ ਹੁਣ ਤੁਸੀਂ ਸਾਰੇ ਨੂੰ ਡਿਵਾਈਡ ਕਰਕੇ ਦੇਖਣਾ ਤੁਸੀਂ ਸਿਰਫ ਜੋ ਆਪਣੇ ਕੋਲ ਲਾਸਟ ਦੋ ਲੈਟਰ ਹੈ ਉਹਨੂੰ 4 ਨਾਲ ਡਿਵਾਈਡ ਕਰਕੇ ਦੇਖਣਾ ਜੇ 4 ਨਾਲ ਡਿਵਾਈਡ ਹੋ ਗਿਆ ਤਾਂ ਇਹ ਆਪਣਾ ਲੀਪ ਦਾ ਈਅਰ ਹੋਊਗਾ ਹੁਣ 20 4 ਨਾਲ ਡਿਵਾਈਡ ਹੋ ਰਿਹਾ ਮਤਲਬ ਇਹ ਕੀ ਆਪਣੇ ਕੋਲ ਲੀਪ ਦਾ ਈਅਰ ਆ ਗਿਆ ਠੀਕ ਹੈ ਜੀ 1993 ਹੈ ਸਿਰਫ ਆਪਾਂ ਲਾਸਟ ਦੋ ਡਿਜੀਟ ਨੂੰ 4 ਨਾਲ ਡਿਵਾਈਡ ਕਰਕੇ ਦੇਖਾਂਗੇ ਠੀਕ ਹੈ ਜੀ ਇਹ ਡਿਵਾਈਡ ਨਹੀਂ ਹੋ ਰਿਹਾ ਮਤਲਬ ਇਹ ਲੀਪ ਦਾ ਈਅਰ ਹੈ ਨਹੀਂ 1995 ਹੈ 4 ਨਾਲ ਡਿਵਾਈਡ ਨਹੀਂ ਹੋ ਰਿਹਾ ਲੀਪ ਦਾ ਸਾਲ ਹੈ ਨਹੀਂਗਾ 1992 ਹੈ ਠੀਕ ਹੈ ਜੀ ਇਹਨੂੰ ਆਪਾਂ 4 ਨਾਲ ਡਿਵਾਈਡ ਕਰਕੇ ਦੇਖਾਂਗੇ ਇਹ ਡਿਵਾਈਡ ਹੋ ਰਿਹਾ ਮੀਨਸ ਲਾਸਟ ਦੋ ਡਿਜੀਟ ਨੂੰ ਡਿਵਾਈਡ ਕਰਾਂਗੇ ਡਿਵਾਈਡ ਹੋ ਰਿਹਾ ਇਹ ਵੀ ਆਪਣਾ ਕੀ ਬਣ ਜਾਊਗਾ ਲੀਪ ਦਾ ਈਅਰ ਬਣ ਜਾਊਗਾ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਕੁਝ ਐਗਜ਼ਾਮਪਲ ਹੋਰ ਲੈਣੇ ਆ ਠੀਕ ਹੈ ਜੀ ਕੁਝ ਆਪਣੇ ਕੋਲ ਐਗਜ਼ਾਮਪਲ ਹੋਰ ਹੈ ਜਿਵੇਂ ਆਪਣੇ ਕੋਲ 190 ਸੈਕੰਡ ਆਪਣੇ ਕੋਲ 1800 ਠੀਕ ਹੈ ਜੀ ਥਰਡ ਆਪਣੇ ਕੋਲ 1700 ਤੇ ਫੋਰਥ ਆਪਣੇ ਕੋਲ 2000 ਲਓ ਜੀ ਠੀਕ ਹੈ ਜੀ ਚਲੋ ਜੀ ਇਹਦੇ ਵਿੱਚ ਆਪਾਂ ਦੇਖਣਾ ਵੀ ਲੀਪ ਦੇ ਇਅਰ ਕਿਹੜੇ-ਕਿਹੜੇ ਨੇ ਠੀਕ ਹੈ ਜੀ ਚਲੋ ਜੀ ਜੇਕਰ ਆਪਾਂ ਇਹਨਾਂ ਨੂੰ ਧਿਆਨ ਨਾਲ ਦੇਖੀਏ ਤਾਂ ਇਹ ਸਾਰੇ ਆ ਜਿਹੜੇ ਆਪਣੇ ਕੋਲ 4 ਨਾਲ ਡਿਵਾਈਡ ਹੋ ਰਹੇ ਨੇ ਠੀਕ ਹੈ ਜੀ 4 ਨਾਲ ਡਿਵਾਈਡ ਹੋ ਰਹੇ ਨੇ ਇਹਦਾ ਮਤਲਬ ਇਹ ਨਹੀਂਗਾ ਵੀ ਇਹ ਸਾਰੇ ਕੀ ਹੋਣਗੇ ਆਪਣੇ ਕੋਲ ਲੀਪ ਦੇ ਸਾਲ ਹੋਣਗੇ ਠੀਕ ਹੈ ਜੀ ਕਿਉਂਕਿ ਆਹ ਵਾਲੇ ਜੋ ਆਪਣੇ ਕੋਲ ਦਿੱਤੇ ਆ ਆਹ ਵਾਲੇ ਇਅਰ ਇਹ ਆਪਣੇ ਕੋਲ ਕੀ ਹੈ ਸੈਂਚਰੀ ਇਅਰ ਹੈ ਠੀਕ ਹੈ ਜੀ ਇਹ ਆਪਣੇ ਕੋਲ ਕੀ ਹੈ ਸੈਂਚਰੀイヤー ਸੈਂਚਰੀイヤー ਕਿਹੜੇ ਹੁੰਦੇ ਆ ਜਿਹਦੇ ਪਿੱਛੇ ਆਪਣੇ ਕੋਲ ਦੋ ਜ਼ੀਰੋ ਆ ਆ ਜਾਣ ਠੀਕ ਹੈ ਜੀ ਤਾਂ ਹੁਣ ਸੈਂਚਰੀイヤー ਦੇ ਵਿੱਚ ਆਪਾਂ ਕਿਵੇਂ ਫਾਈਂਡ ਕਰਾਂਗੇ ਵੀ ਉਹ ਲੀਪ ਦਾイヤー ਹੈ ਜਾਂ ਨਹੀਂ ਹੈ ਠੀਕ ਹੈ ਜੀ ਤਾਂ ਸੈਂਚਰੀ ইয়ার ਦੇ ਵਿੱਚ ਕੀ ਕਰਨਾ ਤੁਸੀਂ ਜਿਹੜਾ ਤੁਹਾਨੂੰ ইয়ার ਦਿੱਤਾ ਹੋਏਗਾ ਉਹਨੂੰ 4 ਨਾਲ ਨਹੀਂ ਉਹਨੂੰ ਪੂਰੇ 400 ਨਾਲ ਡਿਵਾਈਡ ਕਰਕੇ ਦੇਖਣਾ ਹੈ ਜੇ 400 ਨਾਲ ਡਿਵਾਈਡ ਹੁੰਦਾ ਤਾਂ ਉਹ ਆਪਣਾ ਕੀ ਹੋਏਗਾ ਲੀਪ ਦਾ ਸਾਲ ਹੋਏਗਾ ਹੁਣ 1900 ਆਪਣੇ ਕੋਲ ਕੀ ਹੈ ਸੈਂਚਰੀ ইয়ার ਹੈ ਤਾਂ ਇਹਨੂੰ ਫਿਰ ਆਪਾਂ 400 ਨਾਲ ਡਿਵਾਈਡ ਕਰਾਂਗੇ ਨਾ ਕਿ 4 ਨਾਲ ਇਹ 400 ਨਾਲ ਡਿਵਾਈਡ ਨਹੀਂ ਹੋ ਰਿਹਾ ਲੀਪ ਦਾ ਸਾਲ ਹੈ ਨਹੀਂ 1800 ਨੂੰ 400 ਨਾਲ ਡਿਵਾਈਡ ਕਰਕੇ ਦੇਖਾਂਗੇ ਨਹੀਂ ਹੋ ਰਿਹਾ ਏ ਬਿਲੀਪ ਦਾ ਸਾਲ ਹੈ ਨਹੀਂ ਫਿਰ 1700 ਸੈਂਚਰੀ ਯਾਰ ਇਹਨੂੰ ਵੀ ਆਪਾਂ ਕੀ ਕਰਾਂਗੇ 400 ਨਾਲ ਡਿਵਾਈਡ ਕਰਾਂਗੇ ਨਹੀਂ ਹੋ ਰਿਹਾ ਲੀਪ ਦਾ ਸਾਲ ਹੈ ਨਹੀਂਗਾ ਠੀਕ ਹੈ ਜੀ ਫਿਰ ਆਪਾਂ 2400 ਨੂੰ 400 ਨਾਲ ਡਿਵਾਈਡ ਕਰਕੇ ਦੇਖਿਆ ਇਹ ਆਪਣੇ ਕੋਲ ਡਿਵਾਈਡ ਹੋ ਰਿਹਾ ਪੂਰਾ ਪੂਰਾ ਮੀਨਸ ਇਹ ਆਪਣੇ ਕੋਲ ਕੀ ਆ ਗਿਆ ਲੀਪ ਦਾ ਸਾਲ ਆ ਗਿਆ ਠੀਕ ਹੈ ਜੀ ਆਈ ਹੋਪ ਕਿ ਇਥੋਂ ਤੱਕ ਜੋ ਕਨਸੈਪਟ ਆਪਾਂ ਕੀਤਾ ਲੀਪイヤー ਫਾਈਂਡ ਕਰਨ ਦਾ ਉਹ ਤੁਹਾਡਾ ਕਲੀਅਰ ਹੋ ਗਿਆ ਹੋਵੇਗਾ ਠੀਕ ਹੈ ਜੀ ਚਲੋ ਜੀ ਤਾਂ ਹੁਣ ਤੁਹਾਨੂੰ ਮੈਂ ਆਪਣੇ ਕੈਲੰਡਰ ਦੀਆਂ ਕੁਝ ਇੰਟਰਸਟਿੰਗ ਗੱਲਾਂ ਦੱਸਦਾ ਹਾਂ ਠੀਕ ਹੈ ਜੀ ਜਿਨ੍ਹਾਂ ਦਾ ਵੈਸੇ ਸਿਲੇਬਸ ਨਾਲ ਆਪਣੇ ਕੋਈ ਰੋਲ ਨਹੀਂਗਾ ਠੀਕ ਹੈ ਜੀ ਜਿੰਨਾ ਬਾਰੇ ਤੁਹਾਨੂੰ ਨੌਲੇਜ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਚਲੋ ਜੀ ਉਸ ਤੋਂ ਪਹਿਲਾਂ ਆਪਾਂ ਕੁਝ ਐਗਜ਼ਾਮਪਲ ਕਰਦੇ ਹਾਂ ਠੀਕ ਹੈ ਜੀ ਕੁਝ ਐਗਜ਼ਾਮਪਲਸ ਹੋਰ ਕਰਦੇ ਆ ਵੀ ਆਪਣੇ ਕੋਲ ਐਗਜ਼ਾਮ ਦੇ ਵਿੱਚ ਆਪਾਂ ਨੂੰ ਕੁਐਸਚਨ ਕਿਵੇਂ ਬਣਦਾ ਇਹਦੇ ਵਿੱਚੋਂ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਮੈਂ ਉਹ ਇੰਟਰਸਟਿੰਗ ਗੱਲਾਂ ਦੱਸੂਗਾ ਕੈਲੰਡਰ ਦੀਆਂ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਦੋ ਕਨਸੈਪਟ ਕੀਤੇ ਆ ਇਹਦੇ ਵਿੱਚ ਤੇ ਆਪਾਂ ਨੂੰ ਕੁਐਸਚਨ ਕਿਵੇਂ ਬਣ ਸਕਦਾ ਐਗਜ਼ਾਮ ਦੇ ਵਿੱਚ ਆਪਾਂ ਕੁਐਸਚਨ ਦੇਖ ਲਈਏ ਫਸਟ ਆਫ ਆਲ ਤਾਂ ਕੁਐਸਚਨ ਆਪਾਂ ਨੂੰ ਬਣੂਗਾ ਫਾਈਂਡ ਆਡ ਵਨ ਆਊਟ ਠੀਕ ਹੈ ਜੀ ਚਾਰ ਆਪਾਂ ਨੂੰ ਆਪਸ਼ਨ ਦਿੱਤੀਆਂ A ਆਪਸ਼ਨ ਦਿੱਤੀ ਆਪਾਂ ਨੂੰ 1992 B ਆਪਸ਼ਨ ਦਿੱਤੀ ਆ 1993 C ਆਪਸ਼ਨ ਦਿੱਤੀ ਆ 1900 1994 ਤੇ ਡੀ ਆਪਸ਼ਨ ਹੈਗੀ ਆਪਣੇ ਕੋਲ 1882 ਠੀਕ ਹੈ ਜੀ ਚਲੋ ਜੀ ਹੁਣ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਫਾਈਂਡ ਆਡ ਵਨ ਆਊਟ ਮੀਨਸ ਆਪਾਂ ਚਾਰ ਆਪਸ਼ਨਸ ਦਿੱਤੀਆਂ ਨੇ ਇਹਦੇ ਵਿੱਚ ਆਊਟ ਫਾਈਂਡ ਕਰਨਾ ਹੈ ਡਿਫਰੈਂਟ ਫਾਈਂਡ ਕਰਨਾ ਹੈ ਠੀਕ ਹੈ ਜੀ ਚਲੋ ਜੀ ਤਾਂ ਇਹਦੇ ਵਿੱਚ ਆਪਾਂ ਹੁਣ ਦੇਖਾਂਗੇ ਜੇ ਆਪਾਂ ਨੂੰ ਧਿਆਨ ਨਾਲ ਦੇਖਿਆ ਫਰਸਟ ਆਪਸ਼ਨ ਨੂੰ ਠੀਕ ਹੈ ਜੀ ਤਾਂ ਫਰਸਟ ਆਪਸ਼ਨ ਦੇ ਵਿੱਚ ਕੀ ਹੋ ਰਿਹਾ ਆ लास्ट ਦੋ ਡਿਜੀਟ ਨੂੰ ਆਪਾਂ ਚਾਰ ਨਾਲ ਡਿਵਾਈਡ ਕਰਕੇ ਦੇਖਿਆ ਇਹ ਕੀ ਚਾਰ ਨਾਲ ਡਿਵਾਈਡ ਹੋ ਰਿਹਾ ਮੀਨਸ ਇਹ ਕੀ ਆ ਗਿਆ ਆਪਣੇ ਕੋਲ ਲੀਪ ਦਾ ਇਅਰ ਹੈ ਠੀਕ ਹੈ ਜੀ ਜਦੋਂ ਆਪਾਂ 2 ਨਾਲ ਦੇਖਿਆ 4 ਨਾਲ ਡਿਵਾਈਡ ਕਰਕੇ ਇਹ ਡਿਵਾਈਡ ਨਹੀਂ ਹੋ ਰਿਹਾ ਇਹਨੂੰ 4 ਨਾਲ ਡਿਵਾਈਡ ਕਰਕੇ ਦੇਖਿਆ ਆਪਣੇ ਕੋਲ ਇਹ ਵੀ 4 ਨਾਲ ਡਿਵਾਈਡ ਨਹੀਂ ਹੋ ਰਿਹਾ ਠੀਕ ਹੈ ਜੀ ਫਿਰ ਆਪਾਂ ਇਹਨੂੰ 4 ਨਾਲ ਡਿਵਾਈਡ ਕਰਕੇ ਦੇਖਿਆ ਇਹ ਵੀ 4 ਨਾਲ ਡਿਵਾਈਡ ਨਹੀਂ ਹੋ ਰਿਹਾ ਮੀਨਸ ਜਿਹੜੇ A ਆਪਸ਼ਨ ਆਪਣੇ ਕੋਲ ਇਹ ਲੀਪ ਦਾ ਈਅਰ ਹੈ ਆ ਬਾਕੀ ਕੀ ਆਪਣੇ ਕੋਲ ਤੇ ਨੇ ਨੋਰਮਲ ਈਅਰ ਹੈ ਠੀਕ ਹੈ ਜੀ ਤੇ ਇਹ ਆਪਣੇ ਕੋਲ ਕੀ ਹੋ ਗਿਆ ਸਾਰਾ ਤਾਂ ਡਿਫਰੈਂਟ ਆ ਗਿਆ ਆਡ ਆ ਗਿਆ ਠੀਕ ਹੈ ਆਪਣਾ ਆਨਸਰ ਕੀ ਬਣ ਜੂਗਾ A ਆਪਸ਼ਨ ਬਣ ਜੂਗੇ ਠੀਕ ਹੈ ਜੀ ਚਲੋ ਜੀ ਤਾਂ ਹੁਣ ਤੁਹਾਨੂੰ ਮੈਂ ਦੱਸਦਾ ਹਾਂ ਕੈਲੰਡਰ ਦੀਆਂ ਕੁਝ ਕੁ ਇੰਟਰਸਟਿੰਗ ਗੱਲਾਂ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਆਪਣੇ ਕੋਲ ਲੀਪ ਦਾ ਸਾਲ ਹੁੰਦਾ ਹੈ ਉਹ 4 ਸਾਲ ਬਾਅਦ ਰਿਪੀਟ ਹੁੰਦਾ ਹੈ ਠੀਕ ਹੈ ਜੀ ਤੇ 4 ਸਾਲ ਬਾਅਦ ਆਪਣੇ ਕੋਲ ਕੀ ਹੁੰਦਾ ਹੈ ਇੱਕ ਦਿਨ ਹੈ ਜੋ ਉਹ ਵੱਜ ਜਾਂਦਾ ਹੈ ਠੀਕ ਹੈ ਜੀ ਹਰ 4 ਸਾਲ ਦੇ ਵਿੱਚ ਕੀ ਆਪਣੇ ਕੋਲ ਇੱਕ ਇੱਕ ਦਿਨ ਹੈ ਜੋ ਉਹ ਆਪਣੇ ਕੋਲ ਵੱਜ ਜਾਂਦਾ ਹੈ ਤਾਂ ਹੁਣ ਆਪਾਂ ਉਹੀ ਦੇਖਾਂਗੇ ਵੀ ਹਰ 4 ਸਾਲ ਦੇ ਵਿੱਚ ਆਪਣੇ ਕੋਲ ਜੋ ਇੱਕ ਦਿਨ ਹੈ ਉਹ ਆਪਣੇ ਕੋਲ ਕਿਉਂ ਵੱਧਦਾ ਹੈ ਠੀਕ ਹੈ ਜੀ ਕਿਉਂਕਿ ਜੋ ਆਪਣੇ ਕੋਲ ਕੈਲੰਡਰ ਦਾ ਪਹਿਲਾ ਸਾਲ ਸੀਗਾ ਠੀਕ ਹੈ ਜੀ ਜੋ ਆਪਣੇ ਕੋਲ ਕੈਲੰਡਰ ਦਾ ਸ਼ੁਰੂ ਵਿੱਚ ਫਰਸਟ ইয়ার ਸੀਗਾ ਠੀਕ ਹੈ ਜੀ ਫਰਸਟ ইয়ার ਸੀ ਆਪਣੇ ਕੋਲ ਜੋ ਕੈਲੰਡਰ ਦਾ ਉਹਦੇ ਵਿੱਚ ਆਪਣੇ ਕੋਲ 365 ਦਿਨ ਠੀਕ ਹੈ ਜੀ 365 ਦਿਨ ਤੇ ਕੁਝ ਘੰਟੇ ਸੀਗੇ ਠੀਕ ਹੈ ਜੀ 6 ਘੰਟੇ ਸੀਗੇ ਉਹਦੇ ਵਿੱਚ ਠੀਕ ਹੈ ਜੀ ਜੋ ਕੈਲੰਡਰ ਦਾ ਆਪਣਾ ਪਹਿਲਾ ਸਾਲ ਸੀਗਾ ਠੀਕ ਹੈ ਜੀ ਉਹਦੇ ਵਿੱਚ ਆਪਣੇ ਕੋਲ 365 ਦਿਨ ਤੇ 6 ਘੰਟੇ ਸੀਗੇ ਠੀਕ ਹੈ ਜੀ ਇਹ 6 ਘੰਟੇ ਵੀ ਆਪਣੇ ਕੋਲ 5 ਘੰਟੇ 48 ਮਿੰਟ ਕੁਝ ਕ ਆਪਣੇ ਕੋਲ ਸੈਕਿੰਡ ਸੀਗੇ ਬਟ ਆਪਾਂ ਅਪਰੋਕਸੀਮੇਟ ਇਹਨੂੰ ਕਿੰਨਾ ਮੰਨਿਆ ਸੀਗਾ 6 ਘੰਟੇ ਮੰਨੇ ਸੀਗੇ ਠੀਕ ਹੈ ਜੀ ਮੀਨਸ ਆਪਣੇ ਕੋਲ ਜੋ ਫਰਸਟ ਇਅਰ ਸੀਗਾ ਕੈਲੰਡਰ ਦਾ ਉਹਦੇ ਵਿੱਚ 365 ਦਿਨ ਤੇ 6 ਘੰਟੇ ਸੀਗੇ ਠੀਕ ਹੈ ਜੀ ਬਟ ਆਪਾਂ ਕੀ ਕੀਤਾ ਆਪਾਂ ਸਿਰਫ 365 ਦਿਨ ਨੂੰ ਹੀ ਮੰਨਿਆ ਸੀਗਾ 6 ਘੰਟੇ ਨੂੰ ਆਪਾਂ ਉਹਦੇ ਵਿੱਚ ਐਡ ਨਹੀਂ ਕੀਤਾ ਸੀਗਾ ਠੀਕ ਹੈ ਜੀ ਸੇਮ ਇਦਾਂ ਹੀ ਜਦੋਂ ਆਪਣੇ ਕੈਲੰਡਰ ਦਾ ਆਪਣੇ ਕੋਲ ਸੈਕਿੰਡ ਇਅਰ ਸੀਗਾ ਠੀਕ ਹੈ ਜੀ ਆਪਣੇ ਕੋਲ ਸੈਕੰਡ ਇਅਰ ਸੀਗਾ ਤਾਂ ਸੈਕੰਡ ਇਅਰ ਦੇ ਵਿੱਚ ਵੀ ਸੇਮ ਸਿਚੁਏਸ਼ਨ ਬਣੀ ਉਹਦੇ ਵਿੱਚ ਵੀ ਆਪਣੇ ਕੋਲ 365 ਦਿਨ ਸੀਗੇ ਤੇ 6 ਘੰਟੇ ਸੀਗੇ ਠੀਕ ਹੈ ਜੀ ਸੈਕੰਡ ਇਅਰ ਦੇ ਵਿੱਚ ਫਿਰ ਆਪਾਂ ਕੀ ਕੀਤਾ ਸੀਗਾ ਸੈਕੰਡ ਸਾਲ ਦੇ ਵਿੱਚ 365 ਦਿਨ ਹੀ ਆਪਾਂ ਲਏ 6 ਘੰਟੇ ਨੂੰ ਆਪਾਂ ਕਾਊਂਟ ਨਹੀਂ ਕੀਤਾ ਐਡ ਨਹੀਂ ਕੀਤਾ ਉਹਨਾਂ ਨੂੰ ਆਪਾਂ ਅਲੱਗ ਰੱਖ ਲਿਆ ਇਦਾਂ ਜਦੋਂ 3 ਤੀਸਰਾ ਉਹਦਾ ਸਾਲ ਆਇਆ ਆਪਣੇ ਕੋਲ ਕੈਲੰਡਰ ਦਾ ਕੈਲੰਡਰ ਦਾ ਜੋ ਤੀਸਰਾ ਸਾਲ ਸੀਗਾ ਉਹਦੇ ਵਿੱਚ ਵੀ ਆਪਣੇ ਕੋਲ ਕੀ ਸੀਗਾ 365 ਦਿਨ ਤੇ 6 ਘੰਟੇ ਸੀਗੇ ਠੀਕ ਹੈ ਜੀ ਇਹਦੇ ਵਿੱਚ ਵੀ ਆਪਾਂ ਕੀ ਕੀਤਾ ਜੋ ਆਪਣੇ ਕੋਲ 6 ਘੰਟੇ ਸੀਗੇ ਉਹਨੂੰ ਆਪਾਂ ਨਹੀਂ ਲਿਆ ਉਹਨੂੰ ਆਪਾਂ ਅਡ ਰੱਖ ਲਿਆ ਤੇ 365 ਨੂੰ ਆਪਾਂ ਕਾਊਂਟ ਕਰ ਲਿਆ ਸੀ ਵੀ 365 ਦਿਨ ਦਾ ਆਪਾਂ ਕੀ ਮੰਨ ਲਿਆ ਸਾਲ ਮੰਨ ਲਿਆ ਸੀਗਾ ਫਿਰ ਜਦੋਂ ਆਪਣੇ ਕੋਲ ਚੌਥਾ ਸਾਲ ਆਇਆ ਸੀਗਾ ਠੀਕ ਹੈ ਜੀ ਤਾਂ ਚੌਥੇ ਸਾਲ ਦੇ ਵਿੱਚ ਵੀ ਆਪਣੇ ਕੋਲ ਕੀ ਸੀਗੇ 365 ਦਿਨ ਤੇ 6 ਘੰਟੇ ਸੀਗੇ ਠੀਕ ਹੈ ਜੀ ਬਟ ਇੱਥੇ ਕੀ ਹੋਇਆ ਇੱਥੇ ਆਪਾਂ ਕੀ ਕੀਤਾ ਜੋ ਫਸਟ ਪਹਿਲੇ ਸਾਲ ਦੇ ਵਿੱਚ ਆਪਣੇ ਕੋਲ 6 ਘੰਟੇ ਵਧੇ ਸੀਗੇ ਦੂਸਰੇ ਸਾਲ ਦੇ ਵਿੱਚ 6 ਘੰਟੇ ਵਧੇ ਸੀਗੇ ਤੀਸਰੇ ਸਾਲ ਦੇ ਵਿੱਚ ਆਪਣੇ ਕੋਲ 6 ਘੰਟੇ ਵਧੇ ਸੀਗੇ ਉਹ ਇੱਥੇ ਤਾਂ ਐਡ ਨਹੀਂ ਕੀਤੇ ਬਟ ਉਹਨਾਂ ਜੋ ਘੰਟੇ ਵਧੇ ਸੀ ਆਪਣੇ ਕੋਲ 6 ਤੇ 6 12 ਤੇ 16 ਉਹਨਾਂ ਘੰਟੇ ਨੂੰ ਆਪਾਂ ਕੀ ਕੀਤਾ ਚੌਥੇ ਚੌਥੇ ਸਾਲ ਦੇ ਵਿੱਚ ਜੋ ਆਪਣੇ ਕੋਲ 6 ਘੰਟੇ ਵਧੇ ਸੀਗੇ ਉਹਦੇ ਵਿੱਚ ਆਪਾਂ ਐਡ ਕਰਤਾ ਠੀਕ ਹੈ ਜੀ ਤਾਂ 18 ਆ ਸੀਗੇ 6 ਆ ਹੋ ਗਏ ਕਿੰਨੇ ਹੋ ਗਏ ਆਪਣੇ ਕੋਲ 24 ਘੰਟੇ ਮੀਨ ਚੌਥੇ ਸਾਲ ਦੇ ਵਿੱਚ ਆਪਾਂ ਇਹ 6 ਸਾਲ ਦੇ ਵਿੱਚ ਆ ਘੰਟੇ ਐਡ ਕਰਤੇ ਤਾਂ ਆਪਣੇ ਕੋਲ ਟੋਟਲ ਚ 3 ਘੰਟੇ ਵਧ ਗਏ ਸੀਗੇ ਠੀਕ ਹੈ ਜੀ ਆਪਣੇ ਕੋਲ 24 ਘੰਟੇ ਵਧ ਗਏ ਸੀਗੇ ਤੇ ਇੱਥੇ ਆ ਕੇ ਆਪਾਂ ਕੀ ਕੀਤਾ ਜੋ 24 ਘੰਟੇ ਸੀਗੇ ਠੀਕ ਹੈ ਜੀ ਉਹਨਾਂ ਦਾ ਪਤਾ ਆਪਾਂ ਨੂੰ 24 ਘੰਟੇ ਦਾ ਇੱਕ ਦਿਨ ਬਣਦਾ ਹੈ ਤੇ ਉਸੇ ਇੱਕ ਦਿਨ ਨੂੰ ਆਪਾਂ ਕੀ ਕਰਤਾ ਸੀਗਾ ਚੌਥੇ ਸਾਲ ਦੇ ਵਿੱਚ ਐਡ ਕਰਤਾ ਠੀਕ ਹੈ ਜੀ ਚੌਥੇ ਸਾਲ ਦੇ ਵਿੱਚ ਐਡ ਕਰਤਾ ਸੀ ਤਾਂ ਕਰਕੇ ਆਪਣੇ ਕੋਲ ਜੋ ਚੌਥੇ ਸਾਲ ਦੇ ਵਿੱਚ ਕਿੰਨੇ ਦਿਨ ਹੁੰਦੇ ਨੇ ਆਪਣੇ ਕੋਲ ਹਰ ਚੌਥੇ ਸਾਲ ਦੇ ਵਿੱਚ ਆਪਣੇ ਕੋਲ ਇੱਕ ਦਿਨ ਹੈ ਜੋ ਵਧ ਹੁੰਦਾ ਹੈ ਠੀਕ ਹੈ ਜੀ ਚਲੋ ਜੀ ਹੁਣ ਇੱਕ ਗੱਲ ਆਪਾਂ ਹੋਰ ਦੇਖਦੇ ਹਾਂ ਕਿ ਆਪਾਂ ਨੂੰ ਪਤਾ ਹੈ ਕਿ ਜੋ ਲੀਪ ਦਾ ਸਾਲ ਹੈ ਉਹ ਆਪਣੇ ਕੋਲ 4 ਸਾਲ ਬਾਅਦ ਆਉਂਦਾ ਹੈ ਠੀਕ ਹੈ ਜੀ ਲੀਪ ਦਾ ਸਾਲ ਹੈ 4 ਸਾਲ ਬਾਅਦ ਆਉਂਦਾ ਹੈ ਮੀਨਸ ਆਪਣੇ ਕੋਲ ਜੋ ਦੋ ਲੀਪ ਦੇ ਸਾਲ ਹੁੰਦੇ ਨੇ ਠੀਕ ਹੈ ਜੀ ਦੋ ਲੀਪ ਦੇ ਸਾਲ ਹੁੰਦੇ ਨੇ ਉਹਨਾਂ ਦੇ ਵਿਚਾਲੇ ਆਪ ਨੂੰ ਆਪਾਂ ਨੂੰ ਪਤਾ ਵੀ 4 ਸਾਲ ਦਾ ਗੈਪ ਹੁੰਦਾ ਹੈ ਠੀਕ ਹੈ ਜੀ ਪਰ ਇਹ ਜ਼ਰੂਰੀ ਨਹੀਂਗਾ ਵੀ ਦੋ ਲੀਪ ਦੇ ਸਾਲ ਦੇ ਵਿੱਚ ਆਪਣੇ ਕੋਲ 4 ਸਾਲ ਦਾ ਹੀ ਜੋ ਗੈਪ ਹੈ ਉਹ ਆਵੇ ਠੀਕ ਹੈ ਜੀ ਕਈ ਵਾਰ ਜਿਹੜਾ ਇਹ ਗੈਪ ਹੈ ਦੋ ਲੀਪ ਦੇ ਸਾਲ ਦੇ ਵਿਚਕਾਰ ਇਹ ਆਪਣੇ ਕੋਲ 8 ਸਾਲ ਦਾ ਵੀ ਆ ਜਾਂਦਾ ਹੈ ਠੀਕ ਹੈ ਜੀ ਮੀਨਸ ਆਪਣੇ ਕੋਲ ਜ਼ਰੂਰੀ ਨਹੀਂਗਾ ਵੀ ਜੋ ਲੀਪ ਦਾ ਸਾਲ ਆ ਉਹ ਆਪਣੇ ਕੋਲ 4 ਸਾਲ ਬਾਅਦ ਹੀ ਰਿਪੀਟ ਹੋਵੇ ਠੀਕ ਹੈ ਜੀ ਕਈ ਵਾਰ ਆਪਣੇ ਕੋਲ ਜੋ ਲੀਪ ਦਾ ਸਾਲ ਆ ਉਹ 8 ਸਾਲ ਬਾਅਦ ਵੀ ਰਿਪੀਟ ਹੋ ਜਾਂਦਾ ਹੈ ਠੀਕ ਹੈ ਜੀ ਹੁਣ ਆਪਾਂ ਦੇਖਦੇ ਆ ਵੀ ਉਹ ਦੋ ਜੋ ਲੀਪ ਦੇ ਸਾਲ ਆ ਉਹਨਾਂ ਦੇ ਵਿੱਚ 8 ਸਾਲ ਦਾ ਗੈਪ ਆਪਣੇ ਕੋਲ ਕਿਉਂ ਆਉਂਦਾ ਹੈ ਠੀਕ ਹੈ ਜੀ ਵੈਸੇ ਉਹਦਾ ਮੇਨ ਕਾਰਨ ਇਹ ਹੀ ਹੈ ਲੀਪ ਜੋ ਆਪਣੇ ਕੋਲ ਦੋ ਲੀਪ ਦੇ ਸਾਲ ਦੇ ਵਿੱਚ ਜੋ 8 ਸਾਲ ਦਾ ਗੈਪ ਆਉਂਦਾ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਦੋ ਲੀਪ ਦੇ ਸਾਲ ਦੇ ਵਿੱਚ ਆਪਣੇ ਕੋਲ ਦੋ ਲੀਪ ਦੇ ਸਾਲ ਦੇ ਵਿੱਚ ਆਪਣੇ ਕੋਲ ਇੱਕ ਸੈਂਚਰੀ ইয়ার ਆ ਜਾਏ ਠੀਕ ਹੈ ਜੀ ਸੈਂਚਰੀ ਇਹ ਰਾਜੇ ਤੇ ਉਹ ਆਪਣੇ ਕੋਲ ਕੀ ਹੋਵੇ ਲੀਪ ਦਾ ਸਾਲ ਨਾ ਹੋਵੇ ਉਦੋਂ ਕੀ ਹੁੰਦਾ ਆਪਣੇ ਕੋਲ ਦੋ ਲੀਪ ਦੇ ਸਾਲ ਦੇ ਵਿੱਚ ਆਪਣੇ ਕੋਲ 8 ਸਾਲ ਦਾ ਜੋ ਗੈਪ ਉਹ ਬਣਦਾ ਹੈ ਠੀਕ ਹੈ ਜੀ ਚਲੋ ਜੀ ਤਾਂ ਇਹਨੂੰ ਆਪਾਂ ਹੁਣ ਪ੍ਰੈਕਟੀਕਲ ਕਰਕੇ ਦੇਖਦੇ ਹਾਂ ਠੀਕ ਹੈ ਜੀ ਵੀ ਦੋ ਲੀਪ ਦੇ ਸਾਲ ਦੇ ਵਿੱਚ ਆਪਣੇ ਕੋਲ ਜੋ 8 ਸਾਲ ਦਾ ਗੈਪ ਹੈ ਉਹ ਆਪਣੇ ਕੋਲ ਕਦੋਂ ਆਉਂਦਾ ਠੀਕ ਹੈ ਜੀ ਚਲੋ ਜੀ ਤਾਂ ਜਿਵੇਂ ਆਪਾਂ ਦੇਖੀਏ ਆਪਣੇ ਕੋਲ 1884 ਹੈ ਠੀਕ ਹੈ ਜੀ 1884 ਹੈ ਇਹ ਆਪਣੇ ਕੋਲ ਕੀ ਹੈ ਲੀਪ ਦਾ ਸਾਲ ਹੈ ਇਹਦੇ ਵਿੱਚ ਆਪਣੇ ਕੋਲ 366 ਦਿਨ ਹੁੰਦੇ ਨੇ ਠੀਕ ਹੈ ਜੀ ਆਪਾਂ ਨੂੰ ਪਤਾ ਨੈਕਸਟ ਲੀਪ ਦਾ ਸਾਲ ਕਦੋਂ ਹੋਏਗਾ 4 ਸਾਲ ਬਾਅਦ ਠੀਕ ਹੈ ਜੀ ਤਾਂ ਇਹਦੇ 4 ਸਾਲ ਬਾਅਦ ਆਪਣੇ ਕੋਲ 1888 ਦੇ ਵਿੱਚ ਫਿਰ ਕੀ ਹੋਏਗਾ ਲੀਪ ਦਾ ਸਾਲ ਹੋਏਗਾ ਇਹ ਲੀਪ ਦਾ ਸਾਲ ਆ ਗਿਆ ਇਹਦੇ ਵਿੱਚ ਵੀ ਆਪਣੇ ਕੋਲ 366 ਦਿਨ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਆਪਾਂ ਨੂੰ ਪਤਾ 4 ਸਾਲ ਬਾਅਦ ਕਿੰਨੇ ਚ ਆਏਗਾ 1892 ਦੇ ਵਿੱਚ ਕੀ ਹੋਏਗਾ ਆਪਣੇ ਕੋਲ ਲੀਪ ਦਾ ਸਾਲ ਆਏਗਾ ਠੀਕ ਹੈ ਜੀ ਚਲੋ ਜੀ ਇਹ ਵੀ ਆਪਣੇ ਕੋਲ ਲੀਪイヤー ਹੈ ਇਹਦੇ ਵਿੱਚ ਵੀ ਆਪਣੇ ਕੋਲ 366 ਦਿਨ ਹੈ ਇਸ ਤੋਂ ਬਾਅਦ ਫਿਰ ਆਪਾਂ ਨੂੰ ਪਤਾ 4 ਸਾਲ ਬਾਅਦ 1896 ਦੇ ਵਿੱਚ ਕੀ ਆਏਗਾ ਲੀਪ ਦਾ ਸਾਲ ਹੋਏਗਾ ਠੀਕ ਹੈ ਜੀ ਇਹ ਵੀ ਆਪਣੇ ਕੋਲ ਕੀ ਹੈ ਲੀਪ ਦਾ ਸਾਲ ਆ ਗਿਆ ਤੇ 366 ਦਿਨ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੂੰ ਪਤਾ 4 ਸਾਲ ਬਾਅਦ ਕੀ ਆਉਣਾ ਸੀਗਾ ਲੀਪ ਦਾ ਸਾਲ ਆਉਣਾ ਸੀਗਾ ਪਰ ਜਦੋਂ ਆਪਾਂ ਇੱਥੇ ਦੇਖਿਆ 4 ਸਾਲ ਬਾਅਦ ਆਪਣੇ ਕੋਲ ਕੀ ਆ ਗਿਆ 1900 ਆ ਗਿਆ ਠੀਕ ਹੈ ਜੀ ਇਹ ਆਪਣੇ ਕੋਲ ਕੀ ਹੈ ਲੀਪ ਦਾ ਸਾਲ ਹੈ ਨਹੀਂਗਾ ਇਹ ਆਪਣੇ ਕੋਲ ਕੀ ਹੈ ਨਾਰਮਲイヤー ਹੈ ਠੀਕ ਹੈ ਜੀ ਨੋਰਮਲ ਈਅਰ ਹੈ ਤੇ ਇਹਦੇ ਵਿੱਚ ਆਪਣੇ ਕੋਲ 365 ਡੇ ਹੈ ਠੀਕ ਹੈ ਜੀ ਮੀਨਸ 1896 ਤੋਂ ਬਾਅਦ ਆਪਣੇ ਕੋਲ 4 ਸਾਲ ਬਾਅਦ ਲੀਪ ਦਾ ਸਾਲ ਆਉਣਾ ਸੀਗਾ ਬਟ ਜਦੋਂ ਇਹ 4 ਸਾਲ ਬਾਅਦ ਆਪਣੇ ਕੋਲ ਕੀ ਆ ਗਿਆ 1900 ਆ ਗਿਆ 1900 ਆਪਣੇ ਕੋਲ ਲੀਪ ਦਾ ਸਾਲ ਹੈ ਨਹੀਂ ਇਹ ਕੀ ਆ ਗਿਆ ਆਪਣੇ ਕੋਲ ਸੈਂਚਰੀ ਈਅਰ ਆ ਗਿਆ ਠੀਕ ਹੈ ਜੀ ਤਾਂ ਹੁਣ ਜਿਹੜਾ ਆਪਣੇ ਕੋਲ ਲੀਪ ਦਾ ਸਾਲ ਬਣੇਗਾ ਉਹ ਬਣੇਗਾ ਆਪਣੇ ਕੋਲ 1900 ਚਾਰਟ ਦੇ ਵਿੱਚ ਆਪਣੇ ਕੋਲ ਲੀਪ ਦਾ ਸਾਲ ਬਣੇਗਾ ਮੀਨਸ ਇੱਥੇ ਆਪਣੇ ਕੋਲ ਕਿੰਨੇ ਸਾਲ ਦਾ ਡਿਫਰੈਂਸ ਆ ਗਿਆ ਆ ਵੀ ਲੀਪ ਦਾ ਇਅਰ ਸੀਗਾ ਆ ਵੀ ਲੀਪ ਦਾ ਸੀਅਰ ਸੀਗਾ ਠੀਕ ਹੈ ਜੀ ਇੰਨਾ ਦੋ ਲੀਪ ਦੇ ਇਅਰ ਦੇ ਵਿੱਚ ਆਪਣੇ ਕੋਲ ਕਿੰਨੇ ਸਾਲ ਦਾ ਡਿਫਰੈਂਸ ਆ ਗਿਆ 8 ਸਾਲ ਦਾ ਡਿਫਰੈਂਸ ਆ ਗਿਆ ਠੀਕ ਹੈ ਜੀ ਇਹ 8 ਸਾਲ ਦਾ ਡਿਫਰੈਂਸ ਕਿਉਂ ਆਇਆ ਠੀਕ ਹੈ ਜੀ ਕਿਉਂ ਆਪਣੇ ਕੋਲ 8 ਸਾਲ ਦੇ ਬਾਅਦ ਆਪਣੇ ਕੋਲ ਨੈਕਸਟ ਲੀਪ ਇਅਰ ਆਇਆ ਕਿਉਂਕਿ ਇੰਨਾ ਦੋਨਾਂ ਲੀਪ ਦੇ ਸਾਲ ਦੇ ਵਿੱਚ ਆਪਣੇ ਕੋਲ ਕੀ ਆ ਗਿਆ ਸੈਂਚਰੀ ਇਅਰ ਆ ਗਿਆ ਠੀਕ ਹੈ ਜੀ ਤੇ ਇਹ ਸੈਂਚਰੀ ਇਅਰ ਆਪਣੇ ਕੋਲ ਕੀ ਹੈ ਨੋਰਮਲ ਸੈਂਚਰੀ ਇਅਰ ਹੈ ਠੀਕ ਹੈ ਜੀ ਲੀਪ ਇਅਰ ਸੈਂਚਰੀ ਨਹੀਂ ਹੋਣਾ ਚਾਹੀਦਾ ਇਹ ਆਪਣੇ ਕੋਲ ਨਾਨ ਨੋਰਮਲ ਇਅਰ ਸੈਂਚਰੀ ਆ ਗਈ ਠੀਕ ਹੈ ਜੀ ਇਹੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ 8 ਸਾਲ ਦਾ ਗੈਪ ਦੋ ਲੀਪ ਇਅਰ ਚ ਉਦੋਂ ਆਉਂਦਾ ਜਦੋਂ ਦੋਨੇ ਜੋ ਆਪਣੇ ਕੋਲ ਲੀਵ ਦੇ ਇਅਰ ਹੈ ਉਹਨਾਂ ਦੇ ਵਿਚਕਾਰ ਆਪਣੇ ਕੋਲ ਕੋਈ ਸੈਂਚਰੀ ਇਅਰ ਆ ਜੇ ਤੇ ਉਹ ਆਪਣੇ ਕੋਲ ਲੀਪ ਇਅਰ ਸੈਂਚਰੀ ਨਾ ਹੋਵੇ ਉਹ ਨੋਰਮਲ ਇਅਰ ਸੈਂਚਰੀ ਹੋਵੇ ਠੀਕ ਹੈ ਜੀ ਚਲੋ ਜੀ ਆਈ ਹੋਪ ਕਿ ਤੁਹਾਨੂੰ ਇੱਥੋਂ ਤੱਕ ਜੋ ਆਪਾਂ ਕੀਤਾ ਉਹ ਕਲੀਅਰ ਹੋ ਗਿਆ ਹੋਵੇਗਾ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਾਂ ਦੇਖਦੇ ਆਂ ਨੈਕਸਟ ਨੈਕਸਟ ਆਪਾਂ ਹੁਣ ਦੇਖਾਂਗੇ ਵੀ ਕਿੰਨੇ ਸਾਲਾਂ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਹੋ ਸਕਦੇ ਨੇ ਠੀਕ ਹੈ ਜੀ ਕਿੰਨੇ ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਆ ਜੋ ਉਹ ਆਉਂਦੇ ਨੇ ਠੀਕ ਹੈ ਜੀ ਚਲੋ ਜੀ ਤਾਂ ਜਿਵੇਂ ਆਪਾਂ ਦੇਖੀਏ ਜੋ ਕੈਲੰਡਰ ਜਦੋਂ ਸ਼ੁਰੂ ਹੋਇਆ ਸੀ ਆਪਣਾ ਠੀਕ ਹੈ ਜੀ ਜਦੋਂ ਆਪਣਾ ਕੈਲੰਡਰ ਸ਼ੁਰੂ ਹੋਇਆ ਸੀ ਬਣਿਆ ਸੀਗਾ ਉਸ ਟਾਈਮ ਤੇ ਆਪਾਂ ਦੇਖੀਏ ਤਾਂ ਪਹਿਲੇ 5 ਸਾਲਾਂ ਦੇ ਵਿੱਚ ਕਿੰਨੇ ਲੀਪイヤー ਸੀਗੇ ਠੀਕ ਹੈ ਜੀ ਜਦੋਂ ਆਪਣਾ ਕੈਲੰਡਰ ਬਣਾਇਆ ਸੀਗਾ ਉਸ ਟਾਈਮ ਤੇ ਆਪਾਂ ਦੇਖੀਏ ਤਾਂ ਪਹਿਲੇ ਜੋ 5 ਸਾਲ ਸੀ ਉਸ ਕੈਲੰਡਰ ਦੇ ਠੀਕ ਹੈ ਜੀ ਉਸ 5 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਇਅਰ ਸੀਗੇ ਤਾਂ ਉਦੋਂ ਆਪਣੇ ਕੋਲ ਇੱਕ ਲੀਪ ਦਾ ਸਾਲ ਸੀਗਾ ਠੀਕ ਹੈ ਜੀ ਇੱਕ ਆਪਣੇ ਕੋਲ ਕੀ ਸੀਗਾ ਲੀਪ ਦਾ ਸਾਲ ਸੀਗਾ ਫਿਰ ਜੋ ਆਪਣੇ ਕੋਲ 10 ਪਹਿਲੇ 10 ਫਰਸਟ 10 ਇਅਰ ਸੀਗੇ ਕੈਲੰਡਰ ਦੇ ਉਹਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਤਾਂ ਉਹਦੇ ਵਿੱਚ ਆਪਣੇ ਕੋਲ ਸੀਗੇ 2 ਲੀਪ ਦੇ ਇਅਰ ਸੀਗੇ ਠੀਕ ਹੈ ਜੀ ਫਿਰ ਜੇ ਆਪਾਂ ਦੇਖੀਏ ਤਾਂ ਕੈਲੰਡਰ ਦੇ ਜਿਹੜੇ ਪਹਿਲੇ 15 15 ਸਾਲ ਸੀਗੇ ਠੀਕ ਹੈ ਜੀ ਕੈਲੰਡਰ ਦੇ ਪਹਿਲੇ 15 ਸਾਲ ਸੀਗੇ ਉਹਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਪਹਿਲੇ 15 ਦਿਨਾਂ ਦੇ ਵਿੱਚ ਠੀਕ ਹੈ ਜੀ ਪਹਿਲੇ 15 ਪਹਿਲੇ 15 ਸਾਲ ਦੇ ਵਿੱਚ ਆਪਣੇ ਕੋਲ ਸੀਗੇ ਤਿੰਨ ਲੀਪ ਦੇ ਸਾਲ ਸੀਗੇ ਠੀਕ ਹੈ ਜੀ ਜੇ ਆਪਾਂ ਦੇਖੀਏ ਜੋ ਕੈਲੰਡਰ ਸੀਗਾ ਉਹਦੇ ਸ਼ੁਰੂ ਵਿੱਚ ਪਹਿਲੇ 20 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਇਅਰ ਆਏ ਸੀਗੇ ਠੀਕ ਹੈ ਜੀ ਤਾਂ ਪਹਿਲੇ 20 ਸਾਲ ਦੇ ਵਿੱਚ ਆਪਣੇ ਕੋਲ ਆਏ ਸੀਗੇ ਪੰਜ ਲੀਪ ਦੇ ਸਾਲ ਆਏ ਸੀਗੇ ਠੀਕ ਹੈ ਜੀ ਚਲੋ ਜੀ ਤਾਂ ਹੁਣ ਇਹ ਤਾਂ ਆਪਾਂ ਨੂੰ ਚਲੋ ਇੱਥੇ ਆਪਾਂ ਦੇਖ ਲਿਆ ਠੀਕ ਹੈ ਜੀ 5 ਸਾਲ ਦੇ ਵਿੱਚ ਆਪਣੇ ਕੋਲ ਇੱਕ ਲੀਪ ਦਾ ਸਾਲ ਸੀਗਾ 10 ਸਾਲ ਦੇ ਵਿੱਚ ਦੋ ਲੀਪ ਦੇ ਸਾਲ ਸੀਗੇ ਪਹਿਲੇ 15 ਸਾਲ ਦੇ ਵਿੱਚ ਆਪਣੇ ਕੋਲ ਤਿੰਨ ਲੀਪ ਦੇ ਸਾਲ ਸੀਗੇ ਪਹਿਲੇ 20 ਸਾਲ ਦੇ ਵਿੱਚ ਆਪਣੇ ਕੋਲ ਪੰਜ ਲੀਪ ਦੇ ਸਾਲ ਸੀਗੇ ਠੀਕ ਹੈ ਜੀ ਤੇ ਹੁਣ ਆਪਾਂ ਫਾਈਂਡ ਕਿਵੇਂ ਕਰਾਂਗੇ ਵੀ ਕਿੰਨੇ ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਹੋਣਗੇ ਠੀਕ ਹੈ ਜੀ ਚਲੋ ਜੀ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਵੀ ਆਪਾਂ ਕਿਵੇਂ ਫਾਈਂਡ ਕਰਾਂਗੇ ਵੀ ਕਿੰਨੇ ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਈਅਰ ਹੋਣਗੇ ਠੀਕ ਹੈ ਜੀ ਚਲੋ ਜੀ ਤਾਂ ਜਿਵੇਂ ਆਪਾਂ ਫਸਟ ਇਹਦੇ ਵਿੱਚ ਦੇਖਦੇ ਆਂ ਪਹਿਲੇ 5 ਸਾਲ ਦੇ ਵਿੱਚ ਆਪਣੇ ਕੋਲ ਇੱਕ ਲੀਪ ਦਾ ਸਾਲ ਸੀਗਾ ਜਦੋਂ ਕੈਲੰਡਰ ਆਪਣਾ ਸ਼ੁਰੂ ਹੋਇਆ ਸੀਗਾ ਤਾਂ ਆਪਾਂ ਦੇਖਾਂਗੇ ਵੀ ਕਿਵੇਂ ਆਏ ਸੀਗੇ ਠੀਕ ਹੈ ਜੀ ਚਲੋ ਜੀ ਤਾਂ ਆਪਾਂ ਕਿਵੇਂ ਫਾਈਂਡ ਕਰਾਂਗੇ ਵੀ ਇਹਦੇ ਵਿੱਚ ਕਿੰਨੇ ਲੀਪ ਦੇ ਸਾਲ ਹੋਣਗੇ ਤਾਂ ਤੁਸੀਂ ਕੀ ਕਰਨਾ ਹੈ ਜਿੰਨੇ ਸਾਲ ਦੇ ਵਿੱਚ ਤੁਸੀਂ ਲੀਪ ਦੇ ਸਾਲ ਪਤਾ ਕਰਨੇ ਆ ਉਹਨੂੰ 4 ਨਾਲ ਡਿਵਾਈਡ ਕਰਨਾ ਹੈ ਹੁਣ ਜਿਵੇਂ ਆਪਾਂ ਪਹਿਲੇ 5 ਸਾਲ ਦੇ ਵਿੱਚ ਕੀ ਕਰਨਾ ਹੈ ਪਹਿਲੇ 5 ਸਾਲ ਦੇ ਵਿੱਚ ਲੀਪ ਦੇ ਸਾਲ ਫਾਈਂਡ ਕਰਨੇ ਆ ਤਾਂ ਤੁਸੀਂ 5 ਨੂੰ ਕੀ ਕਰੋ 4 ਨਾਲ ਡਿਵਾਈਡ ਕਰੋ ਜਦੋਂ 4 ਨਾਲ ਡਿਵਾਈਡ ਕੀਤਾ 4 1 ਕਮ 4 ਜੋ ਆਪਣੇ ਕੋਲ ਇੱਥੇ ਕਾਉਂਟ ਸ਼ਨ ਬੱਜੇ ਉਹਨੇ ਕੀ ਹੁੰਦੇ ਆਪਣੇ ਕੋਲ ਲੀਪ ਦੇ ਸਾਲ ਹੁੰਦੇ ਨੇ ਮੀਨਸ ਪਹਿਲੇ 5 ਸਾਲ ਦੇ ਵਿੱਚ ਕਿੰਨੇ ਆ ਗਏ ਆਪਣੇ ਕੋਲ ਇੱਕ ਲੀਪ ਇਅਰ ਆ ਗਿਆ ਠੀਕ ਹੈ ਜੀ ਚਲੋ ਜੀ ਸੇਮ ਆਪਾਂ ਦੇਖਦੇ ਹਾਂ ਪਹਿਲੇ 10 ਸਾਲ ਵਿੱਚ ਆਪਾਂ ਦੇਖਿਆ ਸੀ ਆਪਣੇ ਕੋਲ ਦੋ ਲੀਪ ਦੇ ਸਾਲ ਹੁੰਦੇ ਨੇ ਹੁਣ ਆਪਾਂ ਦੇਖਦੇ ਹਾਂ ਫਾਈਂਡ ਕਰਦੇ ਹਾਂ ਤਾਂ ਆਪਾਂ ਪਹਿਲੇ 10 ਸਾਲ ਦੇ ਵਿੱਚ ਲੀਪ ਦੇ ਸਾਲ ਦੇਖਣੇ ਆ ਤਾਂ ਆਪਾਂ ਕੀ ਕਰਨਾ ਹੈ 10 ਨੂੰ 4 ਨਾਲ ਡਿਵਾਈਡ ਕਰ ਦੇਣਾ ਠੀਕ ਹੈ ਜੀ 4 ਨਾਲ ਡਿਵਾਈਡ ਕੀਤਾ 4 ਦੋਨੇ 8 ਠੀਕ ਹੈ ਜੀ ਜੋ ਆਪਣੇ ਕੋਲ ਉੱਪਰ ਕੁਐਸਚਨ ਬਚ ਗਿਆ ਮੀਨਸ ਇਹਦੇ ਵਿੱਚ ਕਿੰਨੇ ਆ ਗਏ ਦੋ ਲੀਪイヤー ਆ ਗਏ ਠੀਕ ਹੈ ਜੀ ਦੋ ਆਪਣੇ ਕੋਲ ਕੀ ਆ ਗਏ ਲੀਪイヤー ਆ ਗਏ ਸੇਮ ਆਪਾਂ ਦੇਖੀਏ ਇੱਥੇ ਦੇਖਿਆ ਜੀ 15 ਸਾਲ ਦੇ ਵਿੱਚ ਕਿੰਨੇ ਸੀਗੇ ਲੀਪイヤー ਤਿੰਨ ਸੀਗੇ ਠੀਕ ਹੈ ਜੀ ਤਾਂ ਆਪਾਂ ਦੇਖਾਂਗੇ ਕਿਵੇਂ ਆਈ 15 ਠੀਕ ਹੈ ਜੀ ਪਹਿਲੇ 15 ਸਾਲ ਦੇ ਵਿੱਚ ਦੇਖਣੇ ਆ 15 ਨੂੰ ਕੀ ਕਰੋ 4 ਨਾਲ ਡਿਵਾਈਡ ਕਰ ਦੋ ਠੀਕ ਹੈ ਜੀ 4 ਨਾਲ ਡਿਵਾਈਡ ਕੀਤਾ ਤਾਂ ਆਪਣੇ ਕੋਲ 4 3 12 ਆ ਗਿਆ ਠੀਕ ਹੈ ਜੀ ਉੱਪਰ ਕਿੰਨਾ ਆ ਗਿਆ ਆਪਣੇ ਕੋਲ 3 ਤਾਂ ਇਹਦੇ ਵਿੱਚ ਕਿੰਨੇ ਆ ਗਏ ਆਪਣੇ ਕੋਲ ਲੀਪ ਦੇ ਸਾਲ ਆ ਗਏ ਸੇਮ ਆਪਾਂ ਇੱਥੇ ਦੇਖਿਆ ਸੀਗਾ ਪਹਿਲੇ 20 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਪੰਜ ਸੀਗੇ ਠੀਕ ਹੈ ਜੀ ਤਾਂ ਇੱਥੇ ਫਿਰ ਆਪਾਂ ਕੀ ਕਰਾਂਗੇ 20 ਨੂੰ ਜਿੰਨੇ ਸਾਲ ਦੇ ਵਿੱਚ ਆਪਾਂ ਫਾਈਂਡ ਕਰਨੇ ਨੇ ਉਹਨੂੰ ਕੀ ਕਰੋ 4 ਨਾਲ ਆਪਾਂ ਡਿਵਾਈਡ ਕਰ ਦਿੰਦੇ ਹਾਂ 4 ਨਾਲ ਡਿਵਾਈਡ ਕੀਤਾ 4 ਪੰਜ ਆ 20 ਮੀਨ ਜਿਹੜੇ ਉੱਪਰ ਆ ਗਏ ਮਤਲਬ ਪੰਜ ਕੀ ਆ ਗਏ ਦੇ ਵਿੱਚ ਲੀਪ ਦੇ ਸਾਲ ਆ ਗਏ ਠੀਕ ਹੈ ਜੀ ਚਲੋ ਜੀ ਤਾਂ ਉਸ ਤੋਂ ਬਾਅਦ ਆਪਾਂ ਦੇਖਦੇ ਜੇ ਮੈਂ ਨੈਕਸਟ ਚਲੋ ਜੀ ਜੇ ਆਪਾਂ ਦੇਖੀਏ ਆਪਣੇ ਕੋਲ ਪਹਿਲੇ 50 ਸਾਲ ਦੇ ਵਿੱਚ ਕਿੰਨੇ ਲੀਪ ਦੇ ਸਾਲ ਹੋਣਗੇ ਪਹਿਲੇ 50 ਸਾਲ ਦੇ ਵਿੱਚ ਠੀਕ ਹੈ ਜੀ ਕੈਲੰਡਰ ਦੇ ਜੋ ਪਹਿਲੇ 50 ਸਾਲ ਸੀਗੇ ਠੀਕ ਹੈ ਜੀ 50 ਸਾਲ ਦੇ ਵਿੱਚ ਆਪਾਂ ਦੇਖਣੇ ਹੈ ਕਿ ਕਿੰਨੇ ਲੀਪイヤー ਸੀਗੇ ਠੀਕ ਹੈ ਜੀ ਜੋ ਕੈਲੰਡਰ ਦੇ ਸ਼ੁਰੂ ਵਾਲੇ 50 ਸਾਲ ਸੀਗੇ ਉਹਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਤਾਂ ਆਪਾਂ ਕੀ ਕਰਨਾ ਹੈ 50 ਨੂੰ 4 ਨਾਲ ਡਿਵਾਈਡ ਕਰੋ ਠੀਕ ਹੈ ਜੀ 4 ਨਾਲ ਡਿਵਾਈਡ ਕੀਤਾ ਤਾਂ 12 ਚੌਕਾ ਕਿੰਨੇ ਹੁੰਦੇ ਆਪਣੇ ਕੋਲ 48 ਹੁੰਦੇ ਆ ਮੀਨਸ ਆਪਣੇ ਕੋਲ ਪਹਿਲੇ 50 ਸਾਲ ਦੇ ਵਿੱਚ ਕਿੰਨੇ ਲੀਪ ਦੇ ਸਾਲ ਸੀਗੇ 12 ਆਪਣੇ ਕੋਲ ਕਿ ਸੀਗੇ ਲੀਪ ਦੇ ਸਾਲ ਸੀਗੇ ਠੀਕ ਹੈ ਜੀ ਚਲੋ ਜੀ ਜੇ ਹੁਣ ਆਪਾਂ ਫਾਈਂਡ ਕਰੀਏ ਵੀ ਪਹਿਲੇ 100 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਠੀਕ ਹੈ ਜੀ ਹੁਣ ਆਪਾਂ ਦੇਖਦੇ ਹਾਂ ਪਹਿਲੇ 100 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਚਲੋ ਜੀ ਹੁਣ ਆਪਾਂ ਦੇਖਾਂਗੇ ਜੋ ਕੈਲੰਡਰ ਸੀਗਾ ਆਪਣੇ ਕੋਲ ਜਦੋਂ ਕੈਲੰਡਰ ਸ਼ੁਰੂਜ ਬਣਿਆ ਸੀਗਾ ਤਾਂ ਉਹਦੇ ਜਿਹੜੇ ਪਹਿਲੇ 100 ਸਾਲ ਸੀਗੇ ਠੀਕ ਹੈ ਜੀ ਪਹਿਲੇ 100 ਸਾਲ ਫਰਸਟ 100 ਇਅਰ ਸੀ ਜਿਹੜੇ 100 ਇਅਰ ਸੀਗੇ ਉਹਦੇ ਵਿੱਚ ਆਪਾਂ ਦੇਖਣੀ ਹੈ ਆਪਣੇ ਕੋਲ ਕਿੰਨੇ ਲੀਵ ਦੇ ਸਾਲ ਸੀਗੇ ਠੀਕ ਹੈ ਜੀ ਤਾਂ ਆਪਾਂ ਕੀ ਕਰਨਾ ਹੈ 100 ਨੂੰ 4 ਨਾਲ ਡਿਵਾਈਡ ਕਰਨਾ ਹੈ ਠੀਕ ਹੈ ਜੀ ਜਿੰਨੇ ਸਾਲ ਦੇ ਵਿੱਚ ਆਪਾਂ ਫਾਈਂਡ ਕਰਨੇ ਕਿੰਨੇ ਲੀਵ ਦੇ ਸਾਲ ਹੈ ਉਹਨੂੰ 4 ਨਾਲ ਡਿਵਾਈਡ ਕਰੋ ਠੀਕ ਹੈ ਜੀ ਇਹ ਕਿੰਨਾ ਆਜੂਗਾ 25 ਚੌਕਾ 100 ਮੀਨਸ ਜਿੰਨਾ ਉੱਪਰ ਆਜੇ ਉਹਨੇ ਆਪਣੇ ਕੋਲ ਕੀ ਹੁੰਦੇ ਆ ਲੀਵ ਦੇ ਸਾਲ ਹੁੰਦੇ ਨੇ ਇੱਥੇ ਆਪਣੇ ਕੋਲ ਕਿੰਨੇ ਆ ਗਏ 25 ਆ ਗਏ ਠੀਕ ਹੈ ਜੀ ਬਟ 25 ਦਾ ਅਨਸਰ ਨਹੀਂ ਆਏਗਾ ਕਿਉਂ ਨਹੀਂ ਆਏਗਾ ਕਿਉਂਕਿ ਇਹਦੇ ਵਿੱਚ ਆਪਣੇ ਕੋਲ ਦੇਖੀ ਆਪਣੇ ਕੋਲ ਲੀਵ ਦੇ ਸਾਲ ਕਿਹੜੇ-ਕਿਹੜੇ ਆਏ ਆ ਠੀਕ ਹੈ ਜੀ ਪਹਿਲੇ 100 ਸਾਲ ਦੇ ਵਿੱਚ ਆਪਣੇ ਕੋਲ 4 ਆਇਆ ਸੀਗਾ 8 ਆਇਆ ਸੀਗਾ 12 ਆਇਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ 96 ਆਇਆ ਸੀਗਾ ਇਸ ਤੋਂ ਬਾਅਦ ਪਹਿਲਾਂ ਆਪਣੇ ਕੋਲ 92 ਆਇਆ ਸੀ ਫਿਰ ਆਪਣੇ ਕੋਲ 100 ਆਇਆ ਸੀਗਾ ਠੀਕ ਹੈ ਜੀ ਇਹ ਆਪਣੇ ਕੋਲ ਕਿੰ ਆਏ ਸੀਗੇ ਪਹਿਲੇ 100 ਸਾਲ ਦੇ ਵਿੱਚ ਲੀਪ ਦੇ ਸਾਲ ਆਏ ਸੀਗੇ ਠੀਕ ਹੈ ਜੀ ਇਹਦੇ ਵਿੱਚ 25 ਆਨਸਰ ਕਿਉਂ ਨਹੀਂ ਆਏਗਾ ਕਿਉਂਕਿ ਜਿਹੜੇ ਆ ਵਾਲੇ ਲੀਪ ਦੇ ਸਾਲ ਹੈ ਇਹ ਟੋਟਲ ਆਪਣੇ ਕੋਲ 22 ਬਣ ਗਏ ਠੀਕ ਹੈ ਜੀ ਇਹਦੇ ਵਿੱਚ ਜਿਹੜਾ 100 ਹੈ ਜਿਹੜਾ 100 ਹੈ ਇਹ ਕਾਊਂਟ ਹੋ ਚੁੱਕਿਆ ਹੈ ਬਟ ਜਿਹੜਾ 100 ਹੈ ਇਹ ਸੈਂਚਰੀ ইয়ার ਹੈ ਤੇ ਇਹ ਕੀ ਆਪਣੇ ਕੋਲ ਲੀਪ ਦਾ ਸਾਲ ਹੈ ਨਹੀਂ ਸੈਂਚਰੀ ইয়ার ਦੇ ਵਿੱਚ ਆਪਾਂ ਫਾਈਂਡ ਕੀਤਾ ਸੀ ਵੀ ਸੈਂਚਰੀ ইয়ার ਆਪਾਂ ਕਿਵੇਂ ਫਾਈਂਡ ਕਰਾਂਗੇ ਵੀ ਉਹ ਲੀਪ ਦਾ ਸਾਲ ਹੈ ਕਿ ਹੈ ਨਹੀਂ ਉਹਨੂੰ ਆਪਾਂ 400 ਨਾਲ ਡਿਵਾਈਡ ਕਰਕੇ ਦੇਖਦੇ ਸੀਗੇ ਠੀਕ ਹੈ ਜੀ ਇਹ 400 ਨਾਲ ਡਿਵਾਈਡ ਹੋ ਆਪਾਂ 25 ਕਾਊਂਟ ਕੀਤੇ ਸੀਗੇ ਇਹਦੇ ਵਿੱਚ ਜਿਹੜਾ 100 ਹੈ ਇਹ ਵੀ ਕਾਊਂਟ ਹੋ ਚੁੱਕਿਆ ਹੈ ਮੀਨਸ ਆ 100 ਇਹਦੇ ਵਿੱਚ ਲੀਪ ਦਾ ਸਾਲ ਹੈ ਨਹੀਂ ਤਾਂ ਕੀ ਕਰਾਂਗੇ ਆਪਾਂ ਇਹਦੇ ਵਿੱਚੋਂ ਇੱਕ ਮਾਈਨਸ ਕਰਾਂਗੇ ਠੀਕ ਹੈ ਜੀ ਇੱਕ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਕਿੰਨੇ ਆ ਜਾਣਗੇ 24 ਠੀਕ ਹੈ ਜੀ ਤਾਂ ਪਹਿਲੇ 100 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਈਅਰ ਹੋਣਗੇ 24 ਹੋਣਗੇ ਠੀਕ ਹੈ ਜੀ ਆਈ ਹੋਪ ਕਿ ਤੁਹਾਨੂੰ ਇੱਥੇ ਤੱਕ ਜੋ ਆਪਾਂ ਕਨਸੈਪਟ ਕੀਤਾ ਲੀਪ ਈਅਰ ਫਾਈਂਡ ਦਾ ਫਾਈਂਡ ਕਰਨ ਦਾ ਉਹ ਕਲੀਅਰ ਹੋ ਗਿਆ ਹੋਵੇਗਾ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਾਂ ਦੇਖਦੇ ਆ ਨੈਕਸਟ ਹੁਣ ਆਪਾਂ ਫਾਈਂਡ ਕਰ ਲਿਆ ਫਰਸਟ ਫਰਸਟ 100 ইয়ারਸ ਆਪਣਾ ਪਤਾ ਲੱਗ ਗਿਆ ਪਹਿਲੇ 100 ਸਾਲ ਦੇ ਵਿੱਚ ਆਪਾਂ ਫਾਈਂਡ ਕਰ ਲੇ ਕਿੰਨੇ ਆਪਣੇ ਕੋਲ 24 ਆ ਗਏ ਠੀਕ ਹੈ ਜੀ ਹੁਣ ਆਪਾਂ ਦੇਖਾਂਗੇ ਪਹਿਲੇ 200 ਸਾਲ ਦੇ ਵਿੱਚ ਪਹਿਲੇ 200 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਠੀਕ ਹੈ ਜੀ ਪਹਿਲੇ 200 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਤਾਂ ਆਪਾਂ ਕੀ ਕਰਨਾ ਹੈ 200 ਨੂੰ ਕੀ ਕਰਨਾ ਹੈ 200 ਨੂੰ ਆਪਾਂ 4 ਨਾਲ ਡਿਵਾਈਡ ਕਰ ਦੇਣਾ ਠੀਕ ਹੈ ਜੀ 4 ਨਾਲ ਡਿਵਾਈਡ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਜੂਗਾ 50 ਆ ਜੂ ਆਪਣੇ ਕੋਲ ਠੀਕ ਹੈ ਜੀ ਤਾਂ ਇੱਥੇ ਆਪਣੇ ਕੋਲ ਕਿੰਨੇ ਲੀਵ ਦੇ ਸਾਲ ਆਏ ਆ 50 ਆਏ ਆ ਠੀਕ ਹੈ ਜੀ 50 ਆ ਗਿਆ ਬਟ 50 ਆਪਣਾ ਕੀ ਹੈ ਸਹੀ ਅਨਸਰ ਨਹੀਂਗਾ ਕਿਉਂ ਨਹੀਂਗਾ ਕਿਉਂਕਿ ਇਸ 50 ਦੇ ਵਿੱਚ ਕੀ ਹੋਇਆ ਆਪਣੇ ਕੋਲ ਪਹਿਲੇ ਜਦੋਂ ਆਪਾਂ 200 ਦੇਖੇ ਉਹਦੇ ਵਿੱਚ ਜਿਹੜਾ 100 ਸੀਗਾ 100ਵਾਂ ਉਹ ਵੀ ਆਪਣੇ ਕੋਲ ਕੀ ਹੈ ਲੀਪ ਦਾ ਸਾਲ ਹੈ ਨਹੀਂ ਸੀਗਾ ਸੇਮ ਆਪਣੇ ਕੋਲ ਜਿਹੜਾ 200 ਹੋਏਗਾ ਉਹ ਵੀ ਆਪਣੇ ਕੋਲ ਕੀ ਹੈ ਲੀਪ ਦਾ ਸਾਲ ਹੈ ਨਹੀਂਗਾ ਮੀਨਸ ਇਹਦੇ ਵਿੱਚ 50 ਦੇ ਵਿੱਚ ਆਪਣੇ ਕੋਲ ਕੀ ਹੈ ਜਿਹੜਾ ਪੂਰਾ 100ਵਾਂ ਸਾਲ ਸੀਗਾ ਤੇ 200ਵਾਂ ਸਾਲ ਇਹ ਦੋਨੇ ਕੀ ਹੈ ਦੇ ਵਿੱਚ ਕਾਊਂਟ ਹੋ ਚੁੱਕੇ ਨੇ ਠੀਕ ਹੈ ਜੀ ਬਟ ਇਹ ਕੀ ਆਪਣੇ ਕੋਲ ਲੀਪ ਦੇ ਸਾਲ ਹੈ ਨਹੀਂਗੇ ਦੋਨੇ ਕਿਉਂਕਿ 400 ਨਾਲ 400 ਨਾਲ ਡਿਵਾਈਡ ਨਹੀਂ ਹੋ ਰਹੇ ਮੀਨਸ ਇਹਦੇ ਵਿੱਚੋਂ ਆਪਾਂ ਕੀ ਕਰਾਂਗੇ ਹ ਠੀਕ ਹੈ ਜੀ 2 ਮਾਈਨਸ ਕਰਾਂਗੇ ਤਾਂ ਆਪਣੇ ਕੋਲ ਕਿੰਨੇ ਆ ਜਾਣਗੇ 50 ਦੇ ਵਿੱਚੋਂ ਹੁਣ 2 ਮਾਈਨਸ ਕਰਾਂਗੇ ਤਾਂ ਆਪਣੇ ਕੋਲ ਕਿੰਨੇ ਆ ਜਾਣਗੇ 48 ਆ ਜਾਣਗੇ ਮੀਨਸ ਪਹਿਲੇ 200 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਵ ਦੇ ਈਅਰ ਆ ਗਏ 48 ਆ ਗਏ ਠੀਕ ਹੈ ਜੀ ਚਲੋ ਜੀ ਚਲੋ ਜੀ ਹੁਣ ਆਪਾਂ ਦੇਖਦੇ ਆ नेक्स्ट ਚਲੋ ਜੀ ਹੁਣ ਆਪਾਂ ਜੀ ਦੇਖੀਏ ਪਹਿਲੇ 300 ਸਾਲ ਦੇ ਵਿੱਚ ਠੀਕ ਹੈ ਜੀ ਪਹਿਲੇ 300 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਹੋਣਗੇ ਤਾਂ ਸੇਮ ਆਪਾਂ ਕੀ ਕਰਨਾ ਹੈ ਪਹਿਲੇ 300 ਸਾਲ ਦੇ ਵਿੱਚ ਦੇਖਣਾ ਹੈ ਤਾਂ 300 ਨੂੰ ਕੀ ਕਰਨਾ ਆਪਾਂ 4 ਨਾਲ ਡਿਵਾਈਡ ਕਰਨਾ ਹੈ ਠੀਕ ਹੈ ਜੀ ਜਦੋਂ ਡਿਵਾਈਡ ਕੀਤਾ ਲਓ ਜੀ ਆਪਣੇ ਕੋਲ ਕਿੰਨੇ ਆ ਗਏ 75 ਆ ਗਏ ਠੀਕ ਹੈ ਜੀ ਬਟ ਇੱਥੇ ਵੀ ਆਪਣਾ 75 ਨਹੀਂ ਹੋਏਗਾ ਠੀਕ ਹੈ ਜੀ ਕਿਉਂ ਨਹੀਂ ਹੋਏਗਾ ਕਿਉਂਕਿ ਪਹਿਲੇ 300 ਸਾਲ ਨੇ ਜੋ ਇਹਨਾਂ ਦੇ ਵਿੱਚ ਆਪਣੇ ਕੋਲ ਜੋ 100 ਹੈ ਉਹ ਵੀ ਕਾਊਂਟ ਹੋ ਚੁੱਕਿਆ ਹੈ 200 ਉਹ ਵੀ ਕਾਊਂਟ ਹੋ ਚੁੱਕਿਆ ਤੇ 300 ਮਸਾਲ ਵੀ ਆਪਣੇ ਕੋਲ ਕਾਊਂਟ ਹੋ ਚੁੱਕਿਆ ਹੈ ਹਾਲਾਂਕਿ ਆ ਤਿੰਨੇ ਕੀ ਆਪਣੇ ਕੋਲੇ ਲੀਪ ਦੇ ਸਾਲ ਹੈ ਨਹੀਂ ਕਿਉਂਕਿ ਇਹ ਆਪਣੇ ਕੋਲ ਕੀ ਹੈ ਸੈਂਚਰੀイヤー ਹੈ ਤੇ ਇਹ ਆਪਣੇ ਕੋਲ 400 ਨਾਲ ਡਿਵਾਈਡ ਨਹੀਂ ਹੋ ਰਿਹਾ ਮੀਨਸ ਇਹਦੇ ਵਿੱਚੋਂ ਆਪਾਂ ਕੀ ਕਰਾਂਗੇ 3 ਮਾਈਨਸ ਕਰ ਦਾਂਗੇ ਠੀਕ ਹੈ ਜੀ ਤੇ ਆਪਣੇ ਕੋਲ ਕਿੰਨੇ ਬਣ ਗਏ 72 ਬਣ ਜਾਗੇ ਠੀਕ ਹੈ ਜੀ ਚਲੋ ਜੀ ਹੁਣ ਜੇ ਆਪਾਂ ਦੇਖੀਏ ਪਹਿਲੇ 400 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪイヤー ਹੋਣਗੇ ਠੀਕ ਹੈ ਜੀ ਪਹਿਲੇ 400 ਸਾਲ ਦੇ ਵਿੱਚ ਜੋ ਕੈਲੰਡਰ ਦਾ ਆਪਣੇ ਪਹਿਲੇ 400 ਸਾਲ ਸੀਗੇ ਉਹਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਇਅਰ ਹੋਣਗੇ ਠੀਕ ਹੈ ਜੀ ਚਲੋ ਜੀ ਤਾਂ ਸੇਮ ਆਪਾਂ ਕੀ ਕਰਨਾ ਹੈ 400 ਨੂੰ ਕੀ ਕਰਨਾ ਹੈ 400 ਨੂੰ ਕੀ ਕਰਨਾ ਆਪਾਂ 4 ਨਾਲ ਡਿਵਾਈਡ ਕਰਾਂਗੇ ਠੀਕ ਹੈ ਜੀ 4 ਨਾਲ ਡਿਵਾਈਡ ਕੀਤਾ ਤਾਂ ਪੂਰਾ 100 ਤੇ ਚੱਲ ਗਿਆ ਠੀਕ ਹੈ ਜੀ ਤਾਂ ਆਪਣੇ ਕੋਲ ਕਿੰਨੇ ਆ ਗਏ 100 ਠੀਕ ਹੈ ਜੀ ਬਟ ਇੱਥੇ ਵੀ ਆਪਣੇ ਕੀ ਹੈ 100 ਲੀਪイヤー ਜੋ ਸਹੀ ਆਨਸਰ ਨਹੀਂ ਹੋਏਗਾ ਠੀਕ ਹੈ ਜੀ ਕਿਉਂ ਨਹੀਂ ਹੋਏਗਾ ਕਿਉਂਕਿ ਐਸ 100 ਜੋ ਆਪਾਂ ਲੀਪイヤー ਫਾਈਂਡ ਕੀਤੇ ਨੇ ਇਹਦੇ ਵਿੱਚ ਆਪਣੇ ਕੋਲ 100 ਵੀ ਕਾਊਂਟ ਹੋ ਗਿਆ 200 ਮਸਾਲ ਵੀ ਕਾਊਂਟ ਹੋ ਗਿਆ 300 ਮਸਾਲ ਵੀ ਕਾਊਂਟ ਹੋ ਗਿਆ ਠੀਕ ਹੈ ਜੀ ਕਿਉਂਕਿ ਇਹ ਆਪਣੇ ਕੋਲ ਲੀਪ ਦੇ ਇਅਰ ਹਨੇਕੇ ਠੀਕ ਹੈ ਜੀ ਬਟ ਜੋ 400ਵਾਂ ਸਾਲ ਆਪਣੇ ਕੋਲ ਜੋ 400ਵਾਂ ਸਾਲ ਹੈ ਇਹ ਤਾਂ ਆਪਣੇ ਕੋਲ ਲੀਪ ਦਾ ਇਅਰ ਹੈ ਕਿਉਂਕਿ ਇਹ ਆਪਣੇ ਕੋਲ ਕੀ ਹੈ 400 ਨਾਲ ਡਿਵਾਈਡ ਹੋ ਰਿਹਾ ਹੈ ਮੀਨਸ ਆਪਾਂ ਇਹਦੇ ਵਿੱਚ 400 ਨੂੰ ਕਾਊਂਟ ਕਰਾਂਗੇ 100ਵਾਂ ਸਾਲ ਨੂੰ 200ਵੇਂ ਨੂੰ ਤੇ 300ਵੇਂ ਸਾਲ ਨੂੰ ਆਪਾਂ ਕਾਊਂਟ ਨਹੀਂ ਕਰਾਂਗੇ ਮੀਨਸ ਇਹਦੇ ਵਿੱਚ ਵੀ ਆਪਾਂ ਕੀ ਕਰਾਂਗੇ ਤਿੰਨ ਨੂੰ ਤਿੰਨ ਨੂੰ ਮਾਈਨਸ ਕਰ ਦਾਂਗੇ ਮੀਨਸ ਜੋ ਤਿੰਨ ਸਾਲ ਆਪਣੇ ਕੋਲ ਐਕਸਟਰਾ ਉਹ ਲੀਪ ਇਅਰ ਦੇ ਵਿੱਚ ਕਾਊਂਟ ਹੋਗੇ ਤਾਂ ਤਿੰਨ ਇਹਦੇ ਵਿੱਚੋਂ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਕਿੰਨੇ ਆ ਗਏ 97 ਲੀਪ ਇਅਰ ਆ ਗਏ ਠੀਕ ਹੈ ਜੀ ਚਲੋ ਜੀ ਫਰਸਟ ਆਫ ਅਲ ਆਪਾਂ ਦੇਖਿਆ ਫਰਸਟ 100 ਇਅਰ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਕਿੰਨੇ ਹੋਣਗੇ ਆਪਾਂ ਡਿਵਾਈਡ ਕੀਤਾ 4 ਨਾਲ 25 ਆ ਗਏ ਸੀਗੇ ਠੀਕ ਹੈ ਜੀ ਬਟ ਇਹਦੇ ਵਿੱਚ ਜਿਹੜਾ 100 ਸੀਗਾ ਇਹ ਆਪਣੇ ਕੋਲ ਲੀਪ ਦਾ ਸਾਲ ਹੈ ਨਹੀਂ ਸੀਗਾ ਉਹ ਵਿੱਚ ਕਾਊਂਟ ਹੋ ਚੁੱਕਿਆ ਸੀ ਤਾਂ ਕਰਕੇ ਆਪਾਂ ਵਿੱਚੋਂ ਮਾਈਨਸ ਕਰਤਾ ਸੇਮ 200 ਸਾਲ ਦੇ ਵਿੱਚ ਆਪਾਂ ਫਾਈਂਡ ਕੀਤੇ 200 ਸਾਲ ਦੇ ਵਿੱਚ 200 ਨੂੰ ਆਪਾਂ 4 ਨਾਲ ਡਿਵਾਈਡ ਕੀਤਾ ਆਪਣੇ ਕੋਲ ਕਿੰਨੇ ਆਏ ਸੀਗੇ 50 ਆਏ ਸੀਗੇ ਠੀਕ ਹੈ ਜੀ ਇਸ 50 ਲੀਪ ਲੀਪ ਸਾਲ ਦੇ ਵਿੱਚ ਆਪਣੇ ਕੋਲ ਜਿਹੜਾ 100ਵਾਂ ਸਾਲ ਸੀਗਾ 100ਵਾਂ ਤੇ 200ਵਾਂ ਇਹ ਦੋਨੇ ਆਪਣੇ ਕੋਲ ਕਾਊਂਟ ਆ ਹੋ ਗਏ ਸੀਗੇ ਸੀਗੇ ਠੀਕ ਹੈ ਜੀ ਸੇਮ ਐਸੇ ਤਰੀਕੇ ਨਾਲ ਆਪਾਂ ਜਦੋਂ 300 ਸਾਲ ਦੇ ਵਿੱਚ ਫਾਈਂਡ ਕੀਤਾ ਤਾਂ ਆਪਣੇ ਕੋਲ ਆਈ ਸੀਗੇ 75 ਠੀਕ ਹੈ ਜੀ 75 ਲੀਪ ਦੇ ਸਾਲ ਆਏ ਸੀ ਤਾਂ 75 ਦੇ ਵਿੱਚ ਵੀ ਆਪਣੇ ਕੋਲ ਜਿਹੜਾ 100ਵਾਂ ਸਾਲ ਸੀਗਾ 200 ਸੀ ਤੇ 300 ਇਹ ਆਪਣੇ ਕੋਲ ਲੀਪ ਦੇ ਸਾਲ ਹੈ ਨਹੀਂ ਸੀਗੇ ਕਿਉਂਕਿ 400 ਨਾਲ ਡਿਵਾਈਡ ਨਹੀਂ ਹੋ ਰਹੇ ਇਹ ਵੀ ਇਹਦੇ ਵਿੱਚ ਕਾਊਂਟ ਹੋ ਚੁੱਕੇ ਸੀਗੇ ਠੀਕ ਹੈ ਜੀ ਤਾਂ ਇਹ ਆਪਾਂ ਇਹਦੇ ਵਿੱਚੋਂ ਤਿੰਨ ਮਾਈਨਸ ਕਰਤਾ ਠੀਕ ਹੈ ਜੀ ਸੇਮ ਐਸਥਰੀਕ ਨਾਲ 4 ਨਾਲ ਜਦੋਂ ਆਪਾਂ ਡਿਵਾਈਡ ਕੀਤਾ ਆਪਣੇ ਕੋਲ 100 ਲੀਪ ਦੇ ਇਅਰ ਆਏ ਸੀਗੇ ਬਟ 100 ਦੇ ਵਿੱਚ ਆਪਣੇ ਕੋਲ ਕੀ ਹੋਇਆ ਸੀਗਾ ਆ 100ਵਾਂ ਸਾਲ 200ਵਾਂ ਸਾਲ ਤੇ 300ਵਾਂ ਸਾਲ ਇਹ ਆਪਣੇ ਕੋਲ ਲੀਪ ਦੇ ਇਅਰ ਹੈ ਨਹੀਂ ਸੀਗੇ ਹਾਲਾਂਕਿ ਜਿਹੜਾ 400ਵਾਂ ਸਾਲ ਸੀਗਾ ਉਹ ਆਪਣੇ ਕੋਲ ਲੀਪ ਦਾ ਇਅਰ ਸੀਗਾ ਠੀਕ ਹੈ ਜੀ ਇਸੇ ਲਈ ਆਪਾਂ ਕੀ ਕਰਤਾ ਇਹਨਾਂ ਤਿੰਨਾਂ ਨੂੰ ਮਾਈਨਸ ਕਰਤਾ ਠੀਕ ਹੈ ਜੀ ਫਸਟ 100 ਇਅਰ ਚ ਆਪਣੇ ਕਿੰਨੇ ਲੀਪ ਦੇ ਸਾਲ ਆਏ 24 ਠੀਕ ਹੈ ਜੀ ਪਹਿਲੇ 200 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਕੈਲੰਡਰ ਦੇ 48 ਸੀਗੇ ਕੈਲੰਡਰ ਦੇ ਪਹਿਲੇ 300 ਸਾਲ ਦੇ ਵਿੱਚ ਲੀਪ ਈਅਰ ਆਏ ਆਪਣੇ ਕੋਲ 72 ਸੀਗੇ ਠੀਕ ਹੈ ਜੀ ਕੈਲੰਡਰ ਦੇ ਪਹਿਲੇ 400 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਈਅਰ ਆਏ ਆਪਣੇ ਕੋਲ 97 ਆਏ ਠੀਕ ਹੈ ਜੀ ਆਈ ਹੋਪ ਕਿ ਤੁਹਾਨੂੰ ਜੋ ਲੀਪ ਈਅਰ ਫਾਈਂਡ ਦਾ ਫਾਈਂਡ ਕਰਨ ਦਾ ਜੋ ਕਨਸੈਪਟ ਹੈ ਉਹ ਕਲੀਅਰ ਹੋ ਗਿਆ ਹੋਵੇਗਾ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਾਂ ਦੇਖਦੇ ਹਾਂ ਸੈਂਚਰੀ ਦੇ ਵਿੱਚ ਠੀਕ ਹੈ ਜੀ ਫਰਸਟ ਸੈਂਚਰੀ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਈਅਰ ਸੀਗੇ ਠੀਕ ਹੈ ਜੀ ਸੈਕੰਡ ਸੈਂਚਰੀ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਈਅਰ ਸੀਗੇ ਥਰਡ ਦੇ ਵਿੱਚ ਆਪਣੇ ਕੋਲ ਕਿੰਨੇ ਸੀਗੇ ਠੀਕ ਹੈ ਜੀ ਤਾਂ ਹੁਣ ਆਪਾਂ ਦੇਖਾਂਗੇ ਸੈਂਚਰੀ ਦੇ ਵਿੱਚ ਫਰਸਟ ਸੈਂਚਰੀ ਦੇ ਵਿੱਚ ਆਪਣੇ ਕੋਲ ਕਿੰਨੇ ਲੀਵ ਦੇ ਸਾਲ ਸੀਗੇ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਾਂ ਦੇਖਾਂਗੇ ਫਰਸਟ ਸੈਂਚਰੀ ਠੀਕ ਹੈ ਜੀ ਫਰਸਟ ਸੈਂਚਰੀ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਠੀਕ ਹੈ ਜੀ ਫਰਸਟ ਸੈਂਚਰੀ ਆਪਾਂ ਕਿਹਨੂੰ ਬੋਲਾਂਗੇ ਜੋ ਪਹਿਲੇ ਆਪਣੇ ਕੋਲ 100 ਸਾਲ ਹੋਣਗੇ ਮੀਨਸ 1 ਤੋਂ ਲੈ ਕੇ 100 ਤੱਕ ਜਿਹੜੇ ਪਹਿਲੇ ਆਪਣੇ ਕੋਲ 100 ਸਾਲ ਹੋਣਗੇ ਉਹਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਹੋਣਗੇ ਠੀਕ ਹੈ ਜੀ ਤਾਂ ਪਹਿਲੇ 100 ਸਾਲ ਦੇ ਵਿੱਚ ਆਪਾਂ ਫਾਈਂਡ ਕਰਕੇ ਆਇਆ ਪਿਛਲੇ ਕੁਐਸਚਨ ਚ ਤਾਂ ਕਿੰਨੇ ਹੋਣਗੇ ਪਹਿਲੇ 100 ਸਾਲ ਦੇ ਵਿੱਚ ਆਪਣੇ ਕੋਲ 24 ਹੋਣਗੇ ਠੀਕ ਹੈ ਜੀ ਚਲੋ ਜੀ ਤਾਂ ਫਿਰ ਆਪਾਂ ਸੈਕੰਡ ਸੈਂਚਰੀ ਦੇ ਵਿੱਚ ਦੇਖੀਏ ਸੈਕੰਡ ਸੈਂਚਰੀ ਦੇ ਵਿੱਚ ਆਪਣੇ ਕੋਲ ਕਿੰਨੇ ਹੋਣਗੇ ਫਰਸਟ ਸੈਂਚਰੀ ਦੇ ਵਿੱਚ ਆਪਣੇ ਕੋਲ 100 ਆ ਗਏ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਫਾਈਂਡ ਕੀਤੇ ਸੀਗੇ 100 ਨੂੰ ਆਪਾਂ ਕੀ ਕੀਤਾ ਸੀਗਾ 100 ਸਾਲ ਦੇ ਵਿੱਚ ਫਾਈਂਡ ਕਰਨਾ ਹੈ 4 ਨਾਲ ਡਿਵਾਈਡ ਕਿੰਨਾ ਆ ਗਿਆ ਸੀ ਆਪਣੇ ਕੋਲ 25 ਠੀਕ ਹੈ ਜੀ 25 ਆਈ ਸੀ ਆਪਣੇ ਕੋਲ ਬਟ 25 ਦੇ ਵਿੱਚ ਕੀ ਆਪਣੇ ਕੋਲ ਜਿਹੜਾ 100ਵਾਂ ਸਾਲ ਸੀਗਾ ਉਹ ਲੀਪ ਦਾ ਈਅਰ ਹੈ ਨੀਗਾ ਉਹ ਆਪਣਾ ਕਾਊਂਟ ਹੋ ਗਿਆ ਸੀਗਾ ਮੀਨਸ ਇੱਕ ਇਹਦੇ ਵਿੱਚੋਂ ਮਾਈਨਸ ਕਰਤਾ ਸੀ ਕਿੰਨੇ ਆਏ ਸੀ 24 ਆਏ ਸੀ ਸੇਮ ਆਪਾਂ ਦੇਖਾਂਗੇ ਸੈਕੰਡ ਸੈਂਚਰੀ ਮੀਨਸ 101 ਤੋਂ ਲੈ ਕੇ 200 ਤੱਕ ਠੀਕ ਹੈ ਜੀ ਸੈਕੰਡ ਸੈਂਚਰੀ ਮਤਲਬ ਜਿਹੜੇ ਦੂਸਰੇ 100 ਸਾਲ ਹੋਣਗੇ ਪਹਿਲੇ 100 ਸਾਲ ਦੇ ਵਿੱਚ ਆਪਾਂ ਨੂੰ ਪਤਾ 100 ਸਾਲ ਦੇ ਵਿੱਚ 24 ਆਏ ਆ ਤਾਂ ਦੂਸਰੇ ਜਿਹੜੇ 100 ਸਾਲ ਹੋਣਗੇ ਉਹਦੇ ਵਿੱਚ ਵੀ ਆਪਣੇ ਕੋਲ ਕਿੰਨੇ ਹੋਣਗੇ 24 ਹੋਣਗੇ ਠੀਕ ਹੈ ਜੀ ਐਸੇ ਤਰੀਕੇ ਨਾਲ ਆਪਾਂ ਥਰਡ ਸੈਂਚਰੀ ਦੇਖਾਂਗੇ ਥਰਡ ਸੈਂਚਰੀ ਠੀਕ ਹੈ ਜੀ ਥਰਡ ਸੈਂਚਰੀ ਦੇ ਵਿੱਚ ਵੀ ਆਪਣੇ ਕਿੰਨੇ ਹੋਣਗੇ ਤੀਜੇ ਜਿਹੜਾ ਤੀਸਰੇ ਆਪਣੇ ਕੋਲ 100 ਸਾਲ ਹੋਣਗੇ ਤੀਜੇ 100 ਸਾਲ ਦੇ ਵਿੱਚ ਆਪਣੇ ਕੋਲ ਕੀ ਹੋਣਗੇ ਉਹਦੇ ਵਿੱਚ ਵੀ ਆਪਣੇ ਕੋਲ 24 ਹੋਣਗੇ ਠੀਕ ਹੈ ਜੀ ਆਪਾਂ ਨੂੰ ਪਤਾ 100 ਸਾਲ ਦੇ ਵਿੱਚ 24 ਹਾਂ 25 ਸੀ ਬਟ ਉਹਦੇ ਵਿੱਚ 100 ਕਾਊਂਟ ਹੋ ਗਿਆ ਸੀ ਉਹਨੂੰ ਮਾਈਨਸ ਕਰਤਾ ਪਹਿਲੇ 100 ਸਾਲ ਦੇ ਵਿੱਚ 24 ਆਏ ਦੂਸਰੇ 100 ਸਾਲ ਦੇ ਵਿੱਚ ਫਿਰ ਆਪਣੇ ਕੋਲ ਕਿੰਨੇ ਆਏ 24 ਆਏ ਤੀਸਰੇ 100 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਆਏ 3rd ਸੈਂਚਰੀ ਦੇ ਵਿੱਚ ਵੀ ਆਪਣੇ ਕੋਲ ਕਿੰਨੇ ਆਣਗੇ 24 ਆਣਗੇ ਠੀਕ ਹੈ ਜੀ ਹੁਣ ਆਪਾਂ ਜੇ 4th ਸੈਂਚਰੀ ਦੇ ਵਿੱਚ ਦੇਖੀਏ 4th ਸੈਂਚਰੀ ਠੀਕ ਹੈ ਜੀ 3rd ਸੈਂਚਰੀ ਕੀ ਹੋਈਗੀ ਆਪਣੇ 201 ਤੋਂ ਲੈ ਕੇ 300 ਤੱਕ ਠੀਕ ਹੈ ਜੀ ਤੇ 4th ਸੈਂਚਰੀ ਆਪਣੇ ਕੋਲ ਕੀ ਹੋਏਗੀ ਆਪਣੇ ਕੋਲ 301 ਤੋਂ ਲੈ ਕੇ 400 ਤੱਕ ਠੀਕ ਹੈ ਜੀ ਤਾਂ 4th ਸੈਂਚਰੀ ਦੇ ਵਿੱਚ ਆਪਣੇ ਕੋਲ ਕਿੰਨੇ ਹੋਣਗੇ 4th ਸੈਂਚਰੀ ਦੇ ਵਿੱਚ ਆਪਣੇ ਕੋਲ ਕਿੰਨੇ ਹੋਣਗੇ 25 ਹੋਣਗੇ ਠੀਕ ਹੈ ਜੀ ਕਿਉਂ 25 ਹੋਣਗੇ ਕਿਉਂਕਿ ਇਹਦੇ ਵਿੱਚ ਆਪਾਂ 301 ਤੋਂ ਲੈ ਕੇ 400 ਤੱਕ ਜਿਹੜੇ 100 ਸਾਲ ਬਣਨਗੇ ਆਪਾਂ ਨੂੰ ਪਤਾ 100 ਸਾਲ ਦੇ ਵਿੱਚ ਕਿੰਨੇ ਹੁੰਦੇ ਆ ਸ਼ੁਰੂ ਜਦੋਂ ਆਪਾਂ ਫਾਈਂਡ ਕੀਤਾ ਸੀ 25 ਸੀਗੀ ਠੀਕ ਹੈ ਜੀ ਬਟ ਉਹਦੇ ਵਿੱਚ ਆਪਾਂ ਨੂੰ 100ਵਾਂ ਸਾਲ ਸੀ ਜਿਹੜਾ ਉਹ ਆਪਾਂ ਲੀਪイヤー ਨਹੀਂ ਸੀ ਉਹਨੂੰ ਆਪਾਂ ਮਾਈਨਸ ਕਰਤਾ ਸੀਗਾ ਠੀਕ ਹੈ ਜੀ ਇੱਥੇ ਵੀ ਆਪਾਂ 301 ਤੋਂ ਲੈ ਕੇ 400 ਤੱਕ ਮਤਲਬ 100 ਸਾਲ ਬਣ ਰਹੇ ਆਪਣੇ ਕੋਲ ਠੀਕ ਹੈ ਜੀ 301 ਤੋਂ ਲੈ ਕੇ 400 ਤੱਕ 100 ਸਾਲ ਬਣ ਗਏ ਉਹਦੇ ਵਿੱਚ ਆਪਾਂ ਜਦੋਂ ਫਾਈਂਡ ਕਰਾਂਗੇ ਤਾਂ ਆਪਣੇ ਕੋਲ 25 ਆਉਣਗੇ ਕਿਉਂਕਿ ਜਿਹੜੇ ਉਹ 25 ਆ ਉਹਦੇ ਵਿੱਚ ਜਿਹੜਾ 400 ਆਪਣਾ 400 ਆ ਇਹ ਆਪਣੇ ਕੋਲ ਸੈਂਚਰੀイヤー ਲੀਪイヤー ਹੈ ਠੀਕ ਹੈ ਜੀ ਸੈਂਚਰੀイヤー ਹੈ ਇਹ ਆਪਣੇ 400 ਨਾਲ ਡਿਵਾਈਡ ਹੋ ਰਿਹਾ ਹੈ ਤਾਂ ਇਹ ਆਪਣਾ ਕੀ ਬਣੇਗਾ ਲੀਪ ਸਾਲ ਬਣੇਗਾ ਇਸ ਲਈ ਆਪਾਂ ਇਹਦੇ ਵਿੱਚੋਂ 1 ਮਾਈਨਸ ਨਹੀਂ ਕਰਾਂਗੇ ਇਹਦੇ ਵਿੱਚ ਜਿਹੜਾ 400 ਹੈ ਉਹ ਲੀਪイヤー ਇਹ ਆਪਣਾ ਕਾਊਂਟ ਹੋਏਗਾ ਮੀਨਸ 25 ਹੋਣੀ ਹੈ ਠੀਕ ਹੈ ਜੀ ਚਲੋ ਜੀ ਆਈ ਹੋਪ ਕਿ ਇੱਥੋਂ ਤੱਕ ਤੁਹਾਨੂੰ ਸਾਰਿਆਂ ਨੂੰ ਜੋ ਕਨਸੈਪਟ ਹੈ ਲੀਪイヤー ਫਾਈਂਡ ਕਰਨ ਦਾ ਉਹ ਕਲੀਅਰ ਹੋ ਗਿਆ ਹੋਵੇਗਾ ਠੀਕ ਹੈ ਜੀ ਚਲੋ ਜੀ ਚਲੋ ਜੀ ਹਾਂਜੀ ਤਾਂ ਆਪਣਾ ਇੱਕ ਕਨਸੈਪਟ ਰਹਿ ਗਿਆ ਸੀ ਇਹਦੇ ਵਿੱਚ ਠੀਕ ਹੈ ਜੀ ਆਪਾਂ ਫਾਈਂਡ ਕੀਤਾ ਸੀਗਾ ਪਹਿਲੇ 5 ਸਾਲ ਦੇ ਵਿੱਚ ਆਪਣੇ ਕੋਲ ਪਹਿਲੇ 5 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਸੀਗੇ ਠੀਕ ਹੈ ਜੀ ਇਹ ਆਪਣਾ ਕਨਸੈਪਟ ਰਹਿ ਗਿਆ ਸੀ ਇੱਕ ਜੋ ਆਪਣੇ ਕੋਲ ਪਹਿਲੇ 5 ਸਾਲ ਸੀਗੇ ਠੀਕ ਹੈ ਜੀ ਕੈਲੰਡਰ ਦੇ 5 ਸਾਲ ਸੀਗੇ ਆਪਾਂ ਉਹਦੇ ਵਿੱਚ ਫਾਈਂਡ ਕੀਤੇ ਸੀ ਕਿੰਨੇ ਲੀਪ ਦੇ ਸਾਲ ਸੀਗੇ ਆਪਣੇ ਕੋਲ ਇੱਕ ਆਇਆ ਸੀਗਾ ਠੀਕ ਹੈ ਜੀ ਆਪਾਂ ਕਿਵੇਂ ਫਾਈਂਡ ਕੀਤਾ ਸੀ 5 ਨੂੰ 4 ਨਾਲ ਡਿਵਾਈਡ ਕੀਤਾ ਸੀ 4 ਇੱਕਮ 4 ਜਿਹੜਾ ਉੱਪਰ ਆ ਗਿਆ ਸੀ ਆਪਣੇ ਕੋਲ ਇੱਕ ਲੀਪ ਦੇ ਸਾਲ ਸੀਗੇ ਠੀਕ ਹੈ ਜੀ ਫਿਰ ਆਪਾਂ ਦੇਖਿਆ ਸੀਗਾ ਪਹਿਲੇ 10 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਇਅਰ ਆਏ ਸੀਗੇ ਦੋ ਆਏ ਸੀਗੇ ਠੀਕ ਹੈ ਜੀ ਉਹ ਆਪਾਂ ਕਿਵੇਂ ਫਾਈਂਡ ਕੀਤੇ ਸੀਗੇ ਠੀਕ ਹੈ ਜੀ 10 ਨੂੰ ਆਪਾਂ 4 ਨਾਲ ਡਿਵਾਈਡ ਕੀਤਾ ਸੀਗਾ 4 ਦੁਣੀ 8 ਮੀਨਸ ਦੋ ਆਪਣੇ ਕੋਲ ਕੁਸ਼ੈਂਟ ਬਚ ਗਿਆ ਸੀ ਤਾਂ ਦੋ ਆਪਣੇ ਕੋਲ ਕੀ ਆਏ ਸੀਗੇ ਲੀਪ ਦੇ ਸਾਲ ਆਏ ਸੀਗੇ ਠੀਕ ਹੈ ਜੀ ਤਾਂ ਇੱਥੇ ਤੁਸੀਂ ਇੱਕ ਗੱਲ ਧਿਆਨ ਚ ਰੱਖਣੀ ਹੈ ਕਿ ਜੋ ਆਪਣੇ ਕੋਲ 10 ਸਾਲ ਹੋਣਗੇ ਠੀਕ ਹੈ ਜੀ 10 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਆਇਆ ਹੈ 2 ਆਏ ਠੀਕ ਹੈ ਜੀ ਤਾਂ ਇਹ ਜ਼ਰੂਰੀ ਨਹੀਂਗਾ ਆਪਣੇ ਕੋਲ 2 ਹੀ ਹੋਣ ਇਹ ਗੱਲ ਤੁਸੀਂ ਧਿਆਨ ਚ ਰੱਖਣੀ ਹੈ ਕਿ ਜੋ 10 ਸਾਲ ਹੈ ਉਹਦੇ ਵਿੱਚ ਆਪਣੇ ਕੋਲ 2 ਵੀ ਆ ਸਕਦੇ ਹੈ ਠੀਕ ਹੈ ਜੀ ਜ਼ਰੂਰੀ ਨਹੀਂਗਾ ਵੀ ਆਪਣੇ ਕੋਲ 2 ਹੀ ਆਵੇ ਠੀਕ ਹੈ ਜੀ ਤਾਂ 10 ਸਾਲ ਦੇ ਵਿੱਚ ਆਪਣੇ ਕੋਲ ਜੋ 3 ਲੀਪイヤー ਹੈ ਉਹ ਵੀ ਆਪਣੇ ਕੋਲ ਆ ਸਕਦੇ ਨੇ ਠੀਕ ਹੈ ਜੀ ਇਹ ਗੱਲ ਤੁਸੀਂ ਧਿਆਨ ਚ ਰੱਖਣੀ ਹੈ ਕਿ ਜੋ ਆਪਣੇ ਕੋਲ 10 ਸਾਲ ਠੀਕ ਹੈ ਜੀ 10 ਸਾਲ ਹੈ 10 ਸਾਲ ਦੇ ਵਿੱਚ ਆਪਾਂ ਦੇਖੇ ਸੀਗੇ ਕੈਲੰਡਰ ਦੇ ਜੋ ਪਹਿਲੇ 10 ਸਾਲ ਸੀਗੇ ਉਹਦੇ ਵਿੱਚ ਆਪਣੇ ਕੋਲ ਦੋ ਲੀਪ ਦੇ ਸਾਲ ਆਏ ਸੀਗੇ ਠੀਕ ਹੈ ਜੀ ਇਹ ਜ਼ਰੂਰੀ ਨਹੀਂਗਾ ਵੀ ਆਪਣੇ ਕੋਲ ਉਹਦੇ ਵਿੱਚ ਦੋ ਲੀਪ ਦੇ ਸਾਲ ਹੀ ਆਉਣ ਠੀਕ ਹੈ ਜੀ ਤਾਂ 10 ਸਾਲ ਦੇ ਵਿੱਚ ਆਪਣੇ ਕੋਲ ਤਿੰਨ ਲੀਪ ਦੇ ਈਅਰ ਆ ਜਿਹੜੇ ਉਹ ਵੀ ਆ ਸਕਦੇ ਨੇ ਠੀਕ ਹੈ ਜੀ ਚਲੋ ਜੀ ਤਾਂ ਇਹਨੂੰ ਆਪਾਂ ਦੇਖਦੇ ਆ ਜਿਵੇਂ ਫਾਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਇਹਨੂੰ ਆਪਾਂ ਪ੍ਰੈਕਟੀਕਲ ਕਰਕੇ ਦੇਖਦੇ ਹਾਂ ਠੀਕ ਹੈ ਜੀ ਵੀ ਤਿੰਨ ਸਾਲ ਆਪਣੇ ਕੋਲ ਕਿਵੇਂ ਆ ਸਕਦੇ ਆ ਜੇਕਰ ਆਪਾਂ ਲਈਏ ਫਾਰ ਐਗਜ਼ਾਮਪਲ ਜੇ ਆਪਾਂ 2000 3 ਤੋਂ ਲੈ ਕੇ 2013 ਦੇ ਵਿੱਚ ਦੇਖੀਏ ਠੀਕ ਹੈ ਜੀ ਆਪਾਂ ਨੂੰ ਪਤਾ 10 ਸਾਲ ਦੇ ਵਿੱਚ ਦੋ ਲੀਪイヤー ਆਈ ਸੀ ਕਿ ਪਹਿਲੇ ਕੈਲੰਡਰ ਦੇ ਪਹਿਲੇ 10 ਸਾਲ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਦੇਖਿਆ ਵੀ ਇਹਦੇ ਵਿੱਚ ਆਪਣੇ ਕੋਲ ਤਿੰਨ ਲੀਪイヤー ਵੀ ਆ ਸਕਦੇ ਨੇ ਠੀਕ ਹੈ ਜੀ ਤਾਂ ਜੇਕਰ ਆਪਾਂ ਇੱਥੋਂ ਦੇਖੀਏ 2003 ਤੋਂ ਲੈ ਕੇ 2013 ਠੀਕ ਹੈ ਜੀ ਕਿੰਨੇ ਸਾਲ ਬਣ ਰਹੇ ਆਪਣੇ ਕੋਲ 10 ਸਾਲ ਬਣ ਰਹੇ ਠੀਕ ਹੈ ਜੀ 2003 ਤੋਂ ਲੈ ਕੇ ਆਪਣੇ ਕੋਲ 2013 ਤੱਕ 10 ਸਾਲ ਬਣ ਰਹੇ ਆ ਠੀਕ ਹੈ ਜੀ 10 ਸਾਲ ਦੇ ਵਿੱਚ ਪਤਾ ਆਪਾਂ ਨੂੰ ਦੋ ਲੀਪイヤー ਹੋਣਗੇ ਠੀਕ ਹੈ ਜੀ ਆਪਾਂ ਹੁਣੇ ਦੇਖਿਆ ਵੀ 10 ਸਾਲ ਦੇ ਵਿੱਚ ਆਪਣੇ ਕੋਲ ਤਿੰਨ ਈਅਰ ਤਿੰਨ ਈਅਰ ਜੋ ਤਿੰਨ ਲੀਪイヤー ਵੀ ਹੋ ਸਕਦੇ ਨੇ ਠੀਕ ਹੈ ਜੀ ਤਾਂ ਇੱਥੇ ਜਦੋਂ ਆਪਾਂ ਦੇਖਾਂਗੇ 2003 ਤੋਂ ਲੈ ਕੇ 2013 ਤੱਕ ਆਪਣੇ ਕੋਲ ਕਿਹੜੇ-ਕਿਹੜੇ ਲੀਪ ਦੇ ਸਾਲ ਆ ਸਕਦੇ ਆ ਤਾਂ ਜਦੋਂ ਆਪਾਂ ਇੱਥੇ ਦੇਖਿਆ 2003 ਤੋਂ ਬਾਅਦ ਆਪਣੇ ਕੋਲ 2000 4 ਹੈ ਉਲੀਪ ਦਾ ਸਾਲ ਆਏਗਾ 2004 ਤੋਂ ਬਾਅਦ 2008 ਆਪਣੇ ਕੋਲ ਲੀਪ ਦਾ ਸਾਲ ਆਏਗਾ 2008 ਤੋਂ ਬਾਅਦ 2000 ਜੋ ਆਪਣੇ ਕੋਲ 12 ਬਣੇਗਾ ਉਹ ਵੀ ਆਪਣੇ ਕੋਲ ਲੀਪ ਦਾ ਸਾਲ ਆਏਗਾ ਮੀਨਸ ਇੱਥੇ ਆਪਣੇ ਕੋਲ 10 ਸਾਲ ਦੇ ਵਿੱਚ ਕਿੰਨੇ ਆ ਗਏ ਤਿੰਨ ਲੀਪイヤー ਆ ਗਏ ਠੀਕ ਹੈ ਜੀ ਕੈਲੰਡਰ ਦੇ ਆਪਾਂ ਜਦੋਂ ਦੇਖਿਆ ਪਹਿਲੇ 10 ਸਾਲ ਦੇ ਵਿੱਚ ਆਪਣੇ ਕੋਲ ਦੋ ਲੀਪイヤー ਆਈ ਸੀਗੇ ਠੀਕ ਹੈ ਜੀ ਬੜ ਜਦੋਂ ਆਪਾਂ ਇੱਥੇ ਦੇਖਿਆ 2003 ਤੋਂ ਲੈ ਕੇ 2013 ਤੱਕ ਠੀਕ ਹੈ ਜੀ ਕਿੰਨੇ ਸਾਲ ਦਾ ਡਿਫਰੈਂਸ ਸੀਗਾ 10 ਸਾਲ ਸੀਗਾ ਮੀਨਸ ਇੱਥੇ ਆਪਣੇ ਕੋਲ 10 ਸਾਲ ਦੇ ਵਿੱਚ ਕਿੰਨੇ ਲੀਪ ਦੇ ਈਅਰ ਆ ਗਏ ਤਿੰਨ ਆ ਗਏ 2004 ਆ ਗਿਆ 2008 ਆ ਗਿਆ 2012 ਆ ਗਿਆ ਮੀਨਸ ਆਪਣੇ ਕੋਲ 10 ਸਾਲ ਦੇ ਵਿੱਚ ਤਿੰਨ ਵੀ ਜੋ ਲੀਪ ਸਾਲ ਹੈ ਉਹ ਵੀ ਆ ਸਕਦੇ ਜਰੂਰੀ ਨਹੀਂਗਾ ਵੀ ਆਪਣੇ ਕੋਲ ਦੋ ਹੀ ਲੀਪ ਦੇ ਸਾਲ ਆਉਣ ਠੀਕ ਹੈ ਜੀ ਚਲੋ ਜੀ ਹੁਣ ਫਿਰ ਆਪਾਂ ਕੁਐਸਚਨ ਆਇਆ ਆਪਾਂ ਨੂੰ ਐਗਜ਼ਾਮ ਦੇ ਵਿੱਚ ਫਿਰ ਆਪਾਂ ਉਹਦਾ ਆਨਸਰ ਕਿਵੇਂ ਦੇਵਾਂਗੇ ਜੇ ਆਪਾਂ ਨੂੰ ਕੁਐਸਚਨ ਆ ਗਿਆ ਵੀ 10 ਸਾਲ ਦੇ ਵਿੱਚ ਦੱਸੋ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਹੁੰਦੇ ਉੱਥੇ ਆਨਸਰ ਆਪਾਂ ਦੋ ਦੇਵਾਂਗੇ ਜਾਂ ਤਿੰਨ ਦੇਵਾਂਗੇ ਠੀਕ ਹੈ ਜੀ ਤਾਂ ਇਹ ਡਿਪੈਂਡ ਕਰੂ ਆਪਣੇ ਆਪਸ਼ਨਸ ਤੇ ਵੀ ਆਪਾਂ ਨੂੰ ਕੁਐਸਚਨ ਪੁੱਛਿਆ ਕਿਸ ਤਰੀਕੇ ਨਾਲ ਆਇਆ ਤੇ ਆਪਾਂ ਨੂੰ ਕੀ ਉਹਦੀ ਆਪਸ਼ਨ ਦਿੱਤੀ ਹੈ ਠੀਕ ਹੈ ਜੀ ਚਲੋ ਜੀ ਤੋਂ ਆਪਾਂ ਐਸੇ ਦੇ ਕੁਐਸਚਨਸ ਦੇਖਦੇ ਹਾਂ ਠੀਕ ਹੈ ਜੀ ਚਲੋ ਜੀ ਜਿਵੇਂ ਆਪਾਂ ਫਰਸਟ ਕੁਐਸਚਨ ਦੇਖਦੇ ਹਾਂ ਆਪਣੇ ਕੋਲ ਫਰਸਟ ਕੁਐਸਚਨ ਹੈ ਫਰਸਟ ਕੁਐਸਚਨ ਪੁੱਛਿਆ ਐਟ ਲੀਸਟ ਪਹਿਲਾ ਕੁਐਸਚਨ ਆਪਣੇ ਕੋਲ ਐਟ ਲੀਸਟ ਐਟ ਲੀਸਟ ਐਟ ਲੀਸਟ ਹਾਊ ਮੈਨੀ how many leap year how many leap year in 10 year ٹھیک ہے جی ایٹ لیسٹ ہاؤ مینی لیپ ایئر ان 10 ایئر 10 سال وچ کٹوٹ کٹ کتنے لیپ ایئر ہو سکدے نے ٹھیک ہے جی اپنوں پچھیا 10 سال وچ کٹوٹ کٹ کتنے لیپ ایئر ہون گے 10 سال وچ کٹوٹ کٹ کتنے ਲੀਪ ਲੀਪ ਦੇ ਸਾਲ ਹੋਣਗੇ ਠੀਕ ਹੈ ਜੀ ਇਹ ਪੁੱਛਿਆ ਆਪਾਂ ਨੂੰ ਆਪਸ਼ਨ ਦਿੱਤੀਆਂ ਏ ਆਪਸ਼ਨ ਦਿੱਤੀ ਆਪਾਂ ਨੂੰ 2 ਬੀ ਆਪਸ਼ਨ ਦਿੱਤੀ ਹੈ 3 ਸੀ ਆਪਸ਼ਨ ਦਿੱਤੀ ਹੈ 2 ਔਰ 2 ਤੇ 3 ਠੀਕ ਹੈ ਜੀ ਤੇ ਡੀ ਆਪਸ਼ਨ ਦਿੱਤੀ ਆਪਾਂ ਨੂੰ 4 ਲਓ ਜੀ ਹੁਣ ਇਸ ਕੁਐਸਚਨ ਦੇ ਵਿੱਚ ਆਪਣਾ ਅਨਸਰ ਕੀ ਬਣੂਗਾ ਆਪਾਂ ਨੂੰ ਪੁੱਛਿਆ 10 ਸਾਲ ਦੇ ਵਿੱਚ ਘੱਟੋ ਘੱਟ ਕਿੰਨੇ ਲੀਪ ਸਾਲ ਹੋਣਗੇ ਆਪਾਂ ਨੂੰ ਪਤਾ ਆਪਾਂ ਫਾਈਂਡ ਕੀਤਾ ਸੀ ਆਪਾਂ ਦੇਖਿਆ ਸੀ ਵੀ 10 ਸਾਲ ਦੇ ਵਿੱਚ ਆਪਣੇ ਕੋਲ ਦੋ ਵੀ ਹੋ ਸਕਦੇ ਆ ਤਿੰਨ ਵੀ ਲੀਪ ਸਾਲ ਹੋ ਸਕਦੇ ਆ ਠੀਕ ਆ ਜੀ ਚਲੋ ਜੀ ਹੁਣ ਆਪਾਂ ਨੂੰ ਪੁੱਛਿਆ ਘੱਟੋ ਘੱਟ ਲੀਪ ਸਾਲ ਕਿੰਨੇ ਹੋ ਸਕਦੇ ਨੇ 10 ਸਾਲ ਦੇ ਵਿੱਚ ਤਾਂ ਘੱਟੋ ਘੱਟ ਆਪਾਂ ਨੂੰ ਪਤਾ ਕਿੰਨੇ ਹੋ ਸਕਦੇ ਨੇ ਦੋ ਹੋ ਸਕਦੇ ਨੇ ਠੀਕ ਆ ਜੀ ਚਲੋ ਜੀ ਜੇ ਆਪਾਂ ਦੂਸਰਾ ਪੁੱਛਦੇ ਜੇ ਦੂਸਰਾ ਪੁੱਛਦੇ ਆਪਾਂ ਨੂੰ 10 ਸਾਲ ਵਿੱਚ 10 ਸਾਲਾਂ ਵਿੱਚ ਜਿਆਦਾ ਤੋਂ ਜਿਆਦਾ ਜਿਆਦਾ ਤੋਂ ਜਿਆਦਾ ਕਿੰਨੇ ਲੀਪイヤー ਹੋਣਗੇ ਲਓ ਜੀ ਐਸ ਕੁਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਹੈ ਵੀ 10 ਸਾਲ ਵਿੱਚ ਘੱਟੋ-ਘੱਟ ਕਿੰਨੇ ਲੀਪ ਦੇ ਸਾਲ ਜਿਹੜੇ ਹੋਣਗੇ ਠੀਕ ਹੈ ਜੀ ਤਾਂ ਘੱਟੋ-ਘੱਟ ਆਪਾਂ ਕਿੰਨਾ ਅਨਸਰ ਦਵਾਂਗੇ ਦੋ ਹੋਣਗੇ ਠੀਕ ਹੈ ਜੀ ਇੱਥੇ ਆਪਸ਼ਨ ਆਪਾਂ ਨੂੰ ਦਿੱਤੀ ਹੈ A ਆਪਸ਼ਨ ਦੇ ਵਿੱਚ ਦਿੱਤਾ ਹੈ ਦੋ B ਆਪਸ਼ਨ ਦਿੱਤਾ ਤੈਨ C ਆਪਸ਼ਨ ਦੇ ਦਿੱਤਾ ਆਪਾਂ ਨੂੰ 2 اور 3 ڈی اپشن ਦਿੱਤਾ ਆਪਾਂ ਨੂੰ 4 ਲਓ ਜੀ ਤਾਂ ਇੱਥੇ ਆਪਣਾ ਅਨਸਰ ਕੀ ਬਣੂਗਾ ਹੁਣ ਆਪਾਂ ਨੂੰ ਪੁੱਛਿਆ 10 ਸਾਲ ਵਿੱਚ ਜਿਆਦਾ ਤੋਂ ਜਿਆਦਾ ਠੀਕ ਹੈ ਜੀ ਵੱਧ ਤੋਂ ਵੱਧ ਕਿੰਨੇ ਲੀਪ ਦੇ ਸਾਲ ਹੋ ਸਕਦੇ ਨੇ ਤਾਂ ਆਪਾਂ ਦੇਖਿਆ ਸੀਗਾ ਦੋ ਵੀ ਹੋ ਸਕਦੇ ਤਿੰਨ ਵੀ ਹੋ ਸਕਦੇ ਨੇ ਜੇ ਘੱਟੋ ਘੜ ਪੁੱਛੇ ਕਿੰਨੇ ਲੀਪ ਦੇ ਸਾਲ ਹੋ ਸਕਦੇ ਆ ਘੱਟੋ ਘੜ ਆਪਣੇ ਦੋ ਹੋ ਸਕਦੇ ਆ ਠੀਕ ਹੈ ਜੀ ਜੇ ਆਪਾਂ ਨੂੰ ਜਿਆਦਾ ਤੋਂ ਜਿਆਦਾ ਪੁੱਛੇ ਤਾਂ ਕਿੰਨੇ ਹੋ ਸਕਦੇ ਆਪਣੇ ਠੀਕ ਹੈ ਜੀ ਮੈਕਸਿਮਮ ਆਪਣੇ ਕਿੰਨੇ ਹੋ ਸਕਦੇ ਆ ਤਿੰਨ ਲੀਪ ਦੇ ਸਾਲ ਹੋ ਸਕਦੇ ਨੇ ਠੀਕ ਹੈ ਜੀ ਚਲੋ ਜੀ ਤਾਂ ਹੁਣ ਆਪਾਂ 3rd ਕੁਐਸਚਨ ਦੇਖਦੇ ਆਪਾਂ ਨੂੰ ਕੀ ਬਣ ਸਕਦਾ ਐਗਜ਼ਾਮ ਦੇ ਵਿੱਚ ਠੀਕ ਹੈ ਜੀ ਤਾਂ 3rd ਆਪਾਂ ਨੂੰ ਕੁਐਸਚਨ ਬਣ ਸਕਦਾ ਹੈ 10 ਸਾਲਾਂ ਵਿੱਚ ਕੁੱਲ ਕਿੰਨੇ ਲੀਪイヤー ਹੁੰਦੇ ਹਨ ਲਓ ਜੇ ਮੰਨ ਲਓ ਤੁਹਾਨੂੰ ਇਸ ਤਰੀਕੇ ਨਾਲ ਕੁਐਸਚਨ ਆ ਗਿਆ 10 ਸਾਲਾਂ ਵਿੱਚ ਠੀਕ ਹੈ ਜੀ 10 ਸਾਲਾਂ ਵਿੱਚ ਕਿੰਨੇ ਕਿੰਨੇ ਲੀਪ ਦੇ ਲੀਪイヤー ਹੁੰਦੇ ਹਨ ਲੀਪイヤー ਹੁੰਦੇ ਹਨ ਲਓ ਜੀ ਜੇ ਕੁਐਸਚਨ ਤੁਹਾਨੂੰ ਇਦਾਂ ਪੁੱਛਿਆ ਵੀ 10 ਸਾਲਾਂ ਵਿੱਚ ਕਿੰਨੇ ਲੀਪイヤー ਹੁੰਦੇ ਨੇ ਠੀਕ ਹੈ ਜੀ ਆਪਸ਼ਨ ਦਿੱਤੀਆਂ ਤੁਹਾਨੂੰ ਏ ਆਪਸ਼ਨ ਦਿੱਤੀ ਹੈ 2 ਬੀ ਆਪਸ਼ਨ ਦਿੱਤੀ ਹੈ 3 ਸੀ ਆਪਸ਼ਨ ਦਿੱਤੀ ਹੈ 2 3 ਡੀ ਆਪਸ਼ਨ ਦਿੱਤੀ ਆਪਾਂ ਨੂੰ 4 ਲਓ ਜੀ ਐਸ ਕੁਐਸ਼ਨ ਦੇ ਫਿਰ ਵਿੱਚ ਆਪਣਾ ਆਨਸਰ ਕੀ ਬਣੇਗਾ ਇੱਥੇ ਆਪਾਂ ਦੱਸਣਾ ਹੈ 10 ਸਾਲਾਂ ਵਿੱਚ ਕਿੰਨੇ ਲੀਪイヤー ਹੁੰਦੇ ਨੇ ਹੁਣ ਹੁਣ ਆਪਾਂ ਨੂੰ ਪਤਾ 10 ਸਾਲਾਂ ਦੇ ਵਿੱਚ ਆਪਣੇ ਕੋਲ 2 ਲੀਪイヤー ਵੀ ਹੋ ਸਕਦੇ ਆ ਤੇ 3 ਲੀਪੇ ਵੀ ਹੋ ਸਕਦੇ ਆ ਠੀਕ ਆ ਜੀ ਤਾਂ ਇੱਥੇ ਜੋ ਆਪਣੇ ਆਪਸ਼ਨ ਬਣੇਗੀ ਉਹ ਬਣੇਗੀ ਆਪਣੇ ਕੋਲ ਸੀ ਬਣੇਗੀ ਮੀਨਸ 2 ਵੀ ਹੋ ਸਕਦੇ ਨੇ 3 ਵੀ ਹੋ ਸਕਦੇ ਨੇ ਠੀਕ ਆ ਜੀ ਤਾਂ ਐਸ ਕੁਐਸ਼ਨ ਦੇ ਵਿੱਚ ਆਪਾਂ ਆਨਸਰ ਦਵਾਂਗੇ ਵੀ ਕਿੰਨੇ ਹੁੰਦੇ ਆ ਆਪਾਂ ਨੂੰ ਪਤਾ ਹੈ 2 ਵੀ ਹੁੰਦੇ ਆ ਜਾਂ 3 ਵੀ ਹੋ ਜਾਂਦੇ ਆ ਠੀਕ ਆ ਜੀ ਚਲੋ ਜੀ ਜਿਵੇਂ ਆਪਾਂ ਨੂੰ 3rd ਕੁਐਸਚਨ ਆ ਫੋਰਥ ਕੁਐਸਚਨ ਪੁੱਛਿਆ ਇਸ ਤਰੀਕੇ ਨਾਲ ਜਿਵੇਂ ਆਪਾਂ ਨੂੰ ਇਸ ਤਰੀਕੇ ਨਾਲ ਕੁਐਸਚਨ ਪੁੱਛਿਆ 2003 ਤੋਂ ਚੌਥਾ ਕੁਐਸਚਨ ਆਪਣੇ ਕੋਲ 2003 ਤੋਂ 2013 ਤੱਕ ਕੁੱਲ ਕਿੰਨੇ ਲੀਪイヤー ਹਨ 2003 ਤੋਂ 2013 ਤੱਕ ਕੁੱਲ ਕਿੰਨੇ ਲੀਪイヤー ਹਨ ਲਓ ਜੀ ਠੀਕ ਹੈ ਜੀ ਐਸ ਕੁਐਸਚਨ ਦਾ ਫਿਰ ਆਪਾਂ ਅਨਸਰ ਕੀ ਦੇਵਾਂਗੇ ਆਪਾਂ ਨੂੰ ਆਪਸ਼ਨ ਦਿੱਤੀਆਂ ਏ ਆਪਸ਼ਨ ਦਿੱਤੀ ਆਪਾਂ ਨੂੰ 2 ਬੀ ਆਪਸ਼ਨ ਦਿੱਤੀ ਆਪਾਂ ਨੂੰ 3 ਸੀ ਆਪਸ਼ਨ ਦਿੱਤੀ ਹੈ 2 3 ਡੀ ਆਪਸ਼ਨ ਦਿੱਤੀ ਆਪਾਂ ਨੂੰ 4 ਲਓ ਜੀ ਐਸ ਕੁਐਸਚਨਸ ਫਿਰ ਆਪਣਾ ਅਨਸਰ ਕੀ ਬਣੇਗਾ ਤਾਂ ਐਸ ਕੁਐਸਚਨ ਦੇ ਵਿੱਚ ਆਪਾਂ ਨੂੰ ਪਤਾ ਹੈ 2003 ਤੋਂ ਲੈ ਕੇ 2013 ਤੱਕ 2003 ਤੋਂ ਲੈ ਕੇ 2013 ਤੱਕ ਆਪਾਂ ਨੂੰ ਪਤਾ ਕਿੰਨੇ ਸਾਲ ਬਣ ਰਹੇ ਨੇ 10 ਸਾਲ ਬਣ ਰਹੇ ਨੇ ਠੀਕ ਹੈ ਜੀ ਜਦੋਂ ਤੁਹਾਨੂੰ ਇਸ ਤਰੀਕੇ ਦਾ ਕੁਐਸਚਨ ਆਵੇ 2003 ਤੋਂ ਲੈ ਕੇ 2013 ਤੱਕ ਠੀਕ ਹੈ ਜੀ ਜਾਂ ਕੁਝ ਹੋ ਰਿਹਾ ਵੇ ਤਾਂ ਜਦੋਂ ਇਸ ਤਰੀਕੇ ਨਾਲ ਆਜੇ ਤੁਹਾਨੂੰ ਕੁਐਸਚਨ ਤਾਂ ਉਦੋਂ ਤੁਸੀਂ ਕਾਊਂਟਿੰਗ ਕਰਨੀ ਹੈ ਵੀ ਤੁਹਾਡੇ ਕੋਲ ਕਿੰਨੇ ਲੀਵ ਦੇ ਸਾਲ ਬਣ ਸਕਦੇ ਨੇ ਤੇ ਕਿਹੜੇ-ਕਿਹੜੇ ਬਣ ਸਕਦੇ ਨੇ ਜਦੋਂ ਇਸ ਤਰੀਕੇ ਦਾ ਕੁਐਸਚਨ ਆ ਫਿਰ ਤੁਸੀਂ ਕਾਊਂਟਿੰਗ ਕਰਕੇ ਦੇਖਣੀ ਹੈ ਜਿਵੇਂ 2003 ਤੋਂ 10 ਤੋਂ ਲੈ ਕੇ 2013 ਤੱਕ ਆਪਾਂ ਨੂੰ ਪਤਾ ਹੈ ਇੱਕ 2000 ਚਾਰ ਲੀਵ ਦਾ ਸਾਲ ਆਏਗਾ ਫਿਰ 2008 ਆਪਣਾ ਜੋ ਲੀਵ ਦਾ ਸਾਲ ਆਏਗਾ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ 2012 ਵੀ ਕਿ ਆਏਗਾ ਲੀਵ ਦਾ ਸਾਲ ਆਏਗਾ ਤਾਂ ਇੱਥੇ 2003 ਤੋਂ ਲੈ ਕੇ ਆਪਣੇ ਕਿੰਨੇ ਆ ਗਏ 1 2 3 ठीक है जी इत अपना आंसर की बनेगा तीन बनेगा ठीक है जी चलो जी आई होप कि आश्चनस किए समझ आ गई होगी भी तुम किमें वह आंसर देना है ठीक है जी चलो जी तो हम आप नैक्सट क्वेश्चन देखते हैं चलो जी तो नैक्सट अपने कोश्चन है हाउ मैनी टाइम्स हाउ मैनी टाइम्स ठीक है जी फिफ्थ अपने कोश्चन है का? फिफ्थ अपने कोशन है हाउ मैनी टाइम्स हाउ मैनी टाइम्स हाउ मैनी टाइम्स ट्वेंटी नाइन्थ डेट ट्वेंटी नाइन्थ डेट कम्स इन फोर हंडर्ड ईयर फोर हंडर्ड ईयर मीनस आप दसना है भी जो उन्ती तरीक है वो चार सौ साल कि बार आएगी ठीक है जी चलो जी तो सिक्सथ अपने कोशन है हाउ मैनी हाउ मैनी टाइम्स हाउ मैनी टाइम्स ट्वेंटी नाइंथ फैब ट्वेंटी नाइनथ फैब कम्स इन फोर हंड्रड ईयर लो जी तो इस क्वेश्चन है हाउ मैनी टाइम्स ट्वेंटी नाइंथ फैब लो जी दोनों क्वेश्चन के फर्क है ਫਰਸਟ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਹਾਊ ਮਨੀ ਟਾਈਮਸ 29 ਡੇਟ ਪਹਿਲੇ ਕੁਐਸਚਨ ਚ ਪੁੱਛਿਆ ਵੀ ਜੋ 29 ਤਰੀਕ ਹੈ ਉਹ 400 ਸਾਲਾਂ ਦੇ ਵਿੱਚ ਕਿੰਨੇ ਵਾਰ ਆ ਸਕਦੀ ਹੈ ਠੀਕ ਹੈ ਜੀ ਤੇ ਇਸ ਕੁਐਸਚਨ ਚ ਪੁੱਛਿਆ ਹੈ ਵੀ ਜੋ 29 ਫਰਵਰੀ ਹੈ ਇੱਥੇ ਆਪਣੇ ਕੋਲ 29 ਫਰਵਰੀ ਪੁੱਛਿਆ ਵੀ 29 ਫਰਵਰੀ ਹੈ ਜੋ ਉਹ 400 ਸਾਲ ਦੇ ਵਿੱਚ ਕਿੰਨੇ ਵਾਰ ਆਏਗੀ ਠੀਕ ਹੈ ਜੀ ਚਲੋ ਜੀ ਫਰਸਟ ਆਵਲ ਪਹਿਲਾਂ ਆਪਾਂ 6th ਕੁਐਸਚਨ ਦੇਖਦੇ ਆਂ ਫਿਰ ਆਪਾਂ ਕਰਾਂਗੇ 5th ਕੁਐਸਚਨ ਚਲੋ ਜੀ ਹੁਣ ਇਹਦੇ ਵਿੱਚ ਪੁੱਛਿਆ ਆਪਾਂ ਨੂੰ ਵੀ 29 ਫਰਵਰੀ ਹੈ ਉਹ ਆਪਣੇ ਕੋਲ ਕਿੰਨੀ ਵਾਰ ਆਏਗੀ ਠੀਕ ਹੈ ਜੀ 400 ਸਾਲ ਦੇ ਵਿੱਚ ਤੇ ਆਪਾਂ ਨੂੰ ਪਤਾ ਹੈ 29 ਫਰਵਰੀ ਉਸੇ ਸਾਲ ਦੇ ਵਿੱਚ ਆਏਗੀ ਜੋ ਆਪਣੇ ਕੋਲ ਲੀਪ ਦਾ ਸਾਲ ਹੋਏਗਾ ਠੀਕ ਹੈ ਜੀ ਆਪਾਂ ਨੂੰ ਪਤਾ ਹੈ 29 ਫਰਵਰੀ ਆ ਜੋ ਲੀਪ ਦੇ ਸਾਲ ਵਿੱਚ ਆਏਗੀ ਠੀਕ ਹੈ ਜੀ ਮੀਨਸ ਆਪਾਂ ਇੱਥੇ ਇਹ ਫਾਈਂਡ ਕਰਨਾ ਹੈ ਵੀ 400 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਹੋਣਗੇ ਠੀਕ ਹੈ ਜੀ ਜਿੰਨੇ ਆਪਣੇ ਕੋਲ 400 ਸਾਲਾਂ ਦੇ ਵਿੱਚ ਆਪਣੇ ਕੋਲ ਲੀਪ ਦੇ ਯਾਰ ਬਣਨਗੇ ਲੀਪ ਦੇ ਜੋ ਸਾਲ ਬਣਨਗੇ ਠੀਕ ਹੈ ਜੀ ਉਨੀਆਂ ਆਪਣੇ ਕੋਲ ਕੀ ਹੋਏਗੀ 29 ਫਰਵਰੀ ਹੋਏਗੀ ਠੀਕ ਹੈ ਜੀ ਚਲੋ ਜੀ ਤਾਂ ਆਪਾਂ ਨੂੰ ਪਤਾ 400 ਸਾਲ ਦੇ ਵਿੱਚ ਆਪਾਂ ਲੀਪ ਦੇ ਸਾਲ ਕਿਵੇਂ ਫਾਈਂਡ ਕਰਾਂਗੇ ਠੀਕ ਹੈ ਜੀ ਤਾਂ ਲੀਪ ਦੇ ਸਾਲ ਫਾਈਂਡ ਕਰਨ ਵਾਸਤੇ ਆਪਾਂ ਨੂੰ ਕੀ ਪਤਾ ਹੈ 400 ਨੂੰ ਕੀ ਕਰਨਾ ਆਪਾਂ 400 ਨੂੰ ਕੀ ਕਰਨਾ ਆਪਾਂ 4 ਨਾਲ ਡਿਵਾਈਡ ਕਰਨਾ ਜਦੋਂ 4 ਨਾਲ ਡਿਵਾਈਡ ਕੀਤਾ ਤਾਂ ਆਪਣੇ ਕੋਲ ਕਿੰਨਾ ਆਜੂਗਾ 100 ਤੇ ਗਿਆ ਲਓ ਜੀ ਤਾਂ ਇਹਦੇ ਵਿੱਚ ਆਪਣੇ ਕੋਲ ਕਿੰਨੇ ਬੰਡ ਰਹੇ ਨੇ 100 ਬੰਡ ਰਹੇ ਨੇ ਠੀਕ ਹੈ ਜੀ 100 ਲੀਵ ਦੇ ਸਾਲ ਬੰਡ ਰਹੇ ਨੇ ਬਟ ਇਸ 100 100 ਲੀਵ ਦੇ ਸਾਲ ਦੇ ਵਿੱਚ ਕੀ ਹੋ ਗਿਆ ਆਪਣੇ ਕੋਲ ਜਿਹੜੇ 400 ਸਾਲ ਨੇ ਇਹਦੇ ਵਿੱਚੋਂ ਜਿਹੜਾ 100ਵਾਂ ਸਾਲ ਹੈ 200 ਮਸਾਲਾ ਹੈ ਤੇ 300 ਮਸਾਲਾ ਹੈ ਇਹ ਕੀ ਹੋ ਗਏ ਦੇ ਵਿੱਚ ਕਾਊਂਟ ਹੋ ਚੁੱਕੇ ਨੇ ਠੀਕ ਹੈ ਜੀ ਸੋ ਇਸੇ ਲਈ ਆਪਾਂ ਇਹਨਾਂ ਦਿਨਾਂ ਨੂੰ ਕੀ ਕਰਾਂਗੇ ਮਾਈਨਸ ਕਰ ਦਾਂਗੇ ਆਪਾਂ ਪਹਿਲਾਂ ਇਸ ਤੋਂ ਪਹਿਲਾਂ ਇਹ ਕਨਸੈਪਟ ਕਰਕੇ ਆਇਆ ਵੀ 400 ਸਾਲ ਦੇ ਵਿੱਚ ਆਪਣੇ ਕੋ ਕਿੰਨੇ ਲੀਪ ਦੇ ਸਾਲ ਹੁੰਦੇ ਨੇ ਠੀਕ ਹੈ ਜੀ 3 ਮਾਈਨਸ ਕਰਾਂਗੇ ਤਾਂ ਆਪਣੇ ਕੋ ਕਿੰਨੇ ਆ ਜਾਣਗੇ 97 ਠੀਕ ਹੈ ਜੀ ਮੀਨਸ ਇਸ ਕੁਐਸਚਨ ਦੇ ਵਿੱਚ ਆਪਣੇ ਕੋਲ ਆਨਸਰ ਆ ਜਾਏਗਾ 97 ਠੀਕ ਹੈ ਜੀ ਮੀਨਸ ਜੋ 29 ਫਰਵਰੀ ਹੈ ਉਹ ਆਪਣੇ ਕੋਲ 400 ਸਾਲ ਦੇ ਵਿੱਚ ਕਿੰਨੀ ਵਾਰ ਆਏਗੀ 97 ਵਾਰ ਆਏਗੀ ਠੀਕ ਹੈ ਜੀ ਸਿੱਧਾ ਜਿਹਾ ਕਨਸੈਪਟ ਹੈ ਸਿੱਧਾ ਜਿਹਾ ਆਪ ਲੀਪ ਦੇ ਸਾਲ ਵਿੱਚ ਹੀ ਆਏਗੀ ਠੀਕ ਹੈ ਜੀ ਤੇ ਆਪਾਂ 400 ਸਾਲ ਦੇ ਵਿੱਚ ਆਪਾਂ ਲੀਪ ਦੇ ਸਾਲ ਦੇਖ ਲੈ ਕਿੰਨੇ ਆ ਠੀਕ ਹੈ ਜੀ ਜਿੰਨੇ ਆਪਣੇ ਕੋਲ ਲੀਪ ਦੇ ਸਾਲ ਹੋਣਗੇ ਉਨੇ ਹੀ ਆਪਣੇ ਕੋਲ ਕੀ ਹੋਏਗੀ ਉਨੇ ਵਾਰੀ ਆਪਣੇ ਕੋਲ 29 ਫਰਵਰੀ ਆਏਗੀ ਠੀਕ ਹੈ ਜੀ ਚਲੋ ਜੀ ਹੁਣ ਆਉਣੇ ਆਪਾਂ ਇਸ ਕੁਐਸਚਨ ਤੇ ਹੁਣ ਆਪਾਂ ਦੱਸਣਾ ਹੈ ਵੀ ਜਿਹੜੀ 29 ਤਰੀਕ ਹੈ ਠੀਕ ਹੈ ਜੀ ਉਹ 400 ਸਾਲ ਦੇ ਵਿੱਚ ਕਿੰਨੀ ਵਾਰ ਆਏਗੀ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਨੂੰ ਪਤਾ ਹੈ ਇੱਕ ਸਾਲ ਦੇ ਵਿੱਚ ਆਪਣੇ ਕੋਲ 12 ਮਹੀਨੇ ਹੁੰਦੇ ਨੇ ਠੀਕ ਹੈ ਜੀ ਇੱਕ ਸਾਲ ਦੇ ਵਿੱਚ ਆਪਣੇ ਕੋਲ ਇੱਕ ਸਾਲ ਦੇ ਵਿੱਚ ਆਪਣੇ ਕੋਲ 12 ਮਹੀਨੇ ਹੁੰਦੇ ਨੇ ਠੀਕ ਹੈ ਜੀ ਕਲੀਅਰ ਇੱਕ ਸਾਲ ਦੇ ਵਿੱਚ 12 ਮਹੀਨੇ ਹੁੰਦੇ ਨੇ ਹੁਣ ਆਪਾਂ ਨੂੰ ਪਤਾ ਜੋ 29 ਤਰੀਕ ਹੈ 29 ਤਰੀਕ ਹੈ ਇਹ ਆਪਣੇ ਕੋਲ ਕਦੋਂ ਆਉਂਦੀ ਆ ਠੀਕ ਹੈ ਜੀ ਜੋ ਜੋ ਜ ਇਹ ਫਰਵਰੀ ਦੇ ਵਿੱਚ ਦੇਖੀਏ ਆਪਾਂ ਤਾਂ ਫਰਵਰੀ ਦੇ ਵਿੱਚ ਆਪਣੇ ਕੋਲ ਕਦੋਂ ਆਏਗੀ ਠੀਕ ਹੈ ਜੀ ਫਰਵਰੀ ਮਹੀਨੇ ਦੇ ਵਿੱਚ ਉਦੋਂ ਹੀ ਆਏਗੀ ਜਦੋਂ ਉਹ ਸਾਲ ਆਪਣੇ ਕੋਲ ਕੀ ਹੋਏਗਾ ਲੀਪ ਦਾ ਸਾਲ ਹੋਏਗਾ ਠੀਕ ਹੈ ਜੀ ਮੀਨਸ ਆਪਾਂ ਨੂੰ ਪਤਾ 12 ਮਹੀਨੇ ਦੇ ਵਿੱਚੋਂ ਜੋ 11 ਮਹੀਨੇ ਠੀਕ ਹੈ ਜੀ 11 ਮਹੀਨੇ ਦੇ ਵਿੱਚ ਤਾਂ ਆਪਾਂ ਨੂੰ ਕਨਫਰਮ ਹੈ ਵੀ ਜੋ 29 ਤਰੀਕ ਆਏਗੀ ਆਏਗੀ ਸਿਰਫ ਫਰਵਰੀ ਨੂੰ ਛੱਡ ਕੇ ਠੀਕ ਹੈ ਜੀ ਤੇ ਫਰਵਰੀ ਦੇ ਮਹੀਨੇ ਦੇ ਵਿੱਚ 29 ਤਰੀਕ ਜਿਹੜੀ ਉਦੋਂ ਆਏਗੀ ਜੇਕਰ ਉਹ ਮਹੀਨہ ਹੋਏਗਾ ਆਪਣੇ ਕੋਲ ਲੀਪ ਦਾ ਸਾਲ ਠੀਕ ਹੈ ਜੀ ਇੱਕ ਵਾਰ ਆਪਾਂ ਕੀ ਕਰਦੇ ਆ ਜੋ ਜੋ ਆਪਣੇ ਕੋਲ ਫਰਵਰੀ ਹੈ ਠੀਕ ਹੈ ਜੀ ਫਰਵਰੀ ਮੰਥ ਨੂੰ ਛੱਡ ਦਿੰਦੇ ਆ ਠੀਕ ਹੈ ਜੀ ਫਰਵਰੀ ਮੰਥ ਕਦੋਂ ਆਏਗੀ ਜਿਹੜਾ ਸਾਲ ਆਪਣੇ ਕੋਲ ਲੀਪ ਦਾ ਸਾਲ ਬਣੇਗਾ ਉਹਦੇ ਵਿੱਚ ਆਪਣੇ ਕੋਲ ਕੀ ਆਏਗੀ ਫਰਬਰੀ 카ਉਂਟ ਹੋਏਗੀ ਫਰਬਰੀ ਦੇ ਵਿੱਚ ਆਪਣੇ ਕੋਲ ਜੋ 29 ਤਰੀਕ ਆ ਉਹ 카ਉਂਟ ਹੋਏਗੀ ਮੀਨਸ ਆਪਾਂ ਇੱਥੇ ਕੀ ਕਰਦੇ ਆ 1 ਮਤਲਬ ਆਪਣੇ ਕੋਲ 1 ਸਾਲ ਦੇ ਵਿੱਚ ਜੋ 11 ਮੰਥ ਹੈ ਠੀਕ ਹੈ ਜੀ 1 ਸਾਲ ਦੇ ਵਿੱਚ 11 ਮੰਥ ਹੈ 11 ਮਹੀਨਿਆਂ ਦੇ ਵਿੱਚ ਤਾਂ ਆਪਾਂ ਨੂੰ ਕਨਫਰਮ ਹੈ ਵੀ ਜੋ 29 ਤਰੀਕ ਹੈ ਉਹ ਆਏਗੀ ਆਏਗੀ ਠੀਕ ਹੈ ਜੀ ਮੀਨਸ 1 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਵਾਰ ਆਗੇ ਠੀਕ ਹੈ ਜੀ 1 ਸਾਲ ਦੇ ਵਿੱਚ ਆਪਾਂ 11 ਮਹੀਨੇ ਲੈ ਕੇ ਚੱਲੇ ਆ ਤਾਂ 1 ਸਾਲ ਦੇ ਫਿਰ ਆਪਣੇ ਕੋਲ ਕਿੰਨੇ ਵਾਰ ਆਏਗੀ 29 ਤਰੀਕ ਆਪਣੇ ਕੋਲ 11 ਟਾਈਮਸ ਆਏਗੀ ਠੀਕ ਹੈ ਜੀ ਚਲੋ ਜੀ 1 ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਟਾਈਮਸ ਆਗੇ 11 ਵਾਰ ਆਗੇ ਠੀਕ ਹੈ ਜੀ ਆਪਾਂ ਫਾਈਂਡ ਕਰਨੀਆਂ 400 ਸਾਲ ਦੇ ਵਿੱਚ ਜੇ 400 ਸਾਲ ਦੇ ਵਿੱਚ ਦੇਖਾਂਗੇ ਤਾਂ 400 ਨੂੰ ਇੱਧਰ ਗੁਣਾ ਕਰ ਦੋ ਤੇ 400 ਨੂੰ ਇੱਧਰ ਗੁਣਾ ਕਰ ਦੋ ਲਓ ਜੀ ਤਾਂ ਆਪਣੇ ਕੋਲ ਕਿੰਨੇ ਵਾਰ ਆ ਗਈ ਆਪਣੇ ਕੋਲ 4400 ਵਾਰ ਜੋ 29 ਤਰੀਕ ਹੈ ਉਹ ਆ ਚੁਗੀ ਠੀਕ ਹੈ ਜੀ ਹਾਲਾਂਕਿ ਜੋ 4400 ਆਇਆ ਆਪਣੇ ਕੋਲ 4412 ਆਇਆ ਇਹਦੇ ਵਿੱਚ ਆਪਾਂ ਜੋ ਫਰਬੀ ਫਰਵਰੀ ਵਾਲੀ 29 29 ਤਰੀਕ ਹੈ ਉਹ ਆਪਾਂ ਕਾਊਂਟ ਨਹੀਂ ਕੀਤੀ ਹੈ ਠੀਕ ਹੈ ਜੀ ਸਿਰਫ ਫਰਵਰੀ ਵਾਲੀ 29 ਤਰੀਕ ਨੂੰ ਛੱਡ ਕੇ ਆਪਣੇ ਕੋਲ ਜੋ ਬਾਕੀ ਕਿੰਨੇ ਵਾਰ ਆ ਗਈ ਆਪਣੇ ਕੋਲ 29 ਤਰੀਕ 4412 ਆ ਚੁਗੀ ਠੀਕ ਹੈ ਜੀ ਹੁਣ ਜੇ ਆਪਾਂ ਫਰਵਰੀ ਵਾਲੀ 29 ਤਰੀਕ ਕਾਊਂਟ ਕਰੀਏ ਠੀਕ ਹੈ ਜੀ ਫਰਵਰੀ ਜੋ 29 ਤਰੀਕ ਹੋਏਗੀ ਆਪਣੇ ਕੋਲ ਉਹ ਕਦੋਂ ਆਏਗੀ ਜਿਹੜੇ ਸਾਲ ਆਪਣੇ ਕੋਲ ਲੀਵ ਦੇ ਸਾਲ ਹੋਣਗੇ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਜੋ ਲੀਵ ਦੇ ਸਾਲ ਦੇ ਵਿੱਚ ਜੋ ਆਪਣੇ ਕੋਲ 29 ਫਰਵਰੀ 29 ਤਰੀਕ ਆਏਗੀ ਉਹ ਆਪਾਂ ਕਾਊਂਟ ਨਹੀਂ ਕੀਤੀ ਹੈ ਠੀਕ ਹੈ ਜੀ ਤੇ 29 ਫਰਵਰੀ ਆਪਾਂ ਦੇਖੀ ਹੈ ਵੀ ਫਰਵਰੀ ਦੇ ਮਨਸ ਜੋ 29 ਤਰੀਕ ਆਏਗੀ ਠੀਕ ਹੈ ਜੀ ਉਹ ਕਿੰਨੀ ਵਾਰ ਆਏਗੀ ਆਪਣੇ ਕੋਲ ਆਪਾਂ ਫਾਈਂਡ ਕੀਤੀ ਹੈ 97 ਵਾਰ ਆਏਗੀ ਠੀਕ ਹੈ ਜੀ ਤਾਂ ਆਪਾਂ ਕੀ ਕਰਾਂਗੇ 4400 ਦੇ ਵਿੱਚ ਜੋ 97 ਆ ਉਹਨੂੰ ਆਪਾਂ ਐਡ ਕਰ ਦਾਂਗੇ ਮੀਨਸ 44 4400 97 ਵਾਰ ਜੋ ਆਪਣੇ ਕੋਲ 29 ਤਰੀਕ ਆ ਉਹ ਆਏਗੀ ਠੀਕ ਹੈ ਜੀ ਚਲੋ ਜੀ ਇੱਕ ਵਾਰ ਆਪਾਂ ਫੇਰ ਦੇਖ ਲੈਂਦੇ ਆ ਇਸ ਕੁਸ਼ਚਨ ਨੂੰ ਆਪਾਂ ਨੂੰ ਪੁੱਛਿਆ 29 ਤਰੀਕ ਆ ਜੋ ਉਹ 400 ਸਾਲ ਦੇ ਵਿੱਚ ਕਿੰਨੇ ਵਾਰ ਆਏਗੀ ਠੀਕ ਹੈ ਜੀ ਆਪਾਂ ਫਸਟ ਆਫ ਆਲ ਦੇਖਿਆ ਇੱਕ ਸਾਲ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ 12 ਮਨთ ਹੁੰਦੇ ਆ ਠੀਕ ਹੈ ਜੀ 12 ਮਨთ ਹੁੰਦੇ ਆ ਹੁਣ ਆਪਾਂ ਨੂੰ ਪਤਾ ਹੈ 29 ਤਰੀਕ ਜੋ ਫਰਵਰੀ ਦੇ ਮਹੀਨੇ ਦੇ ਵਿੱਚ ਕਦੋਂ ਆਏਗੀ ਫਰਵਰੀ ਦੇ ਮਹੀਨੇ ਦੇ ਵਿੱਚ ਆਏਗੀ ਜਦੋਂ ਉਹ ਆਪਣੇ ਕੋਲ ਉਹ ਈਅਰ ਕੀ ਹੋਏਗਾ ਆਪਣੇ ਕੋਲ ਲੀਪ ਦਾ ਸਾਲ ਹੋਏਗਾ ਠੀਕ ਹੈ ਜੀ ਸੋ ਇਸ ਲਈ ਆਪਾਂ ਕੀ ਕੀਤਾ ਇੱਕ ਵਾਰ ਫਰਵਰੀ ਨੂੰ ਛੱਡਤਾ ਜੋ ਆਪਣੇ ਕੋਲ ਲੀਪ ਦੇ ਸਾਲ ਹੋਣਗੇ ਉਹ ਆਪਾਂ ਅਕਾਊਂਟ ਨਹੀਂ ਕਰਾਂਗੇ ਉਹਨਾਂ ਨੂੰ ਬਾਅਦ ਚ ਆਪਾਂ ਐਡ ਕਰਾਂਗੇ ਜੋ ਲੀਪ ਦੇ ਸਾਲ ਦੇ ਵਿੱਚ ਆਪਣੇ ਕੋਲ 29 ਤਰੀਕ ਪਣੇਗੀ ਠੀਕ ਹੈ ਜੀ ਆਪਾਂ ਫਰਵਰੀ ਨੂੰ ਛੱਡ ਕੇ ਆਪਾਂ ਦੇਖ ਲਿਆ ਵੀ ਸਾਲ ਦੇ ਵਿੱਚ ਆਪਣੇ ਕੋਲ ਬਾਕੀ ਕਿੰਨੇ ਮਹੀਨੇ ਬਚ ਗਏ 11 ਮਹੀਨੇ ਬਚ ਗਏ ਮੀਨਸ 11 ਮਹੀਨੇ ਦੇ ਵਿੱਚ ਤਾਂ ਕਨਫਰਮ ਹੈ ਆਪਣੇ ਕੋਲ 29 ਤਰੀਕ ਆਏਗੀ ਆਏਗੀ ਠੀਕ ਹੈ ਜੀ ਮੀਨਸ ਇੱਕ ਸਾਲ ਦੇ ਵਿੱਚ ਆਪਾਂ ਲੀਪ ਦੇ ਸਾਲ ਨੂੰ ਛੱ ਠੀਕ ਹੈ ਜੀ ਤਾਂ ਇੱਕ ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਵਾਰ ਆਗੇ 11 ਵਾਰ ਕੀ ਆਗੇ 29 ਫਰਵਰੀ ਆਗੇ 29 ਤਰੀਕ ਆਗੇ ਤੇ 400 ਸਾਲ ਦੇ ਵਿੱਚ ਆਪਾਂ ਦੇਖਿਆ ਤਾਂ 4400 ਵਾਰ ਆਪਣੇ ਕੋਲ ਕੀ ਆਗੇ 29 ਤਰੀਕ ਆਗੇ ਠੀਕ ਹੈ ਜੀ ਤਾਂ ਇਹ ਜੋ 4400 ਹੈ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਲੀਪ ਦੇ ਸਾਲ ਕਾਊਂਟ ਨਹੀਂ ਹੋਏ ਠੀਕ ਹੈ ਜੀ ਇਹ ਆਪਣੀ ਨੋਰਮਲ ਇਅਰ ਚਾਈ ਹੈ ਨੋਰਮਲ ਇਅਰ ਚ ਜਿਹੜੀ 29 ਤਰੀਕ ਉਹ ਆਪਣੇ ਕੋਲ 4400 ਬਾਰ ਆ ਗਈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜੋ ਲੀਪ ਦੇ ਸਾਲ ਦੇ ਵਿੱਚ ਜੋ ਆਈ ਐਨ ਤੇ 29 ਤਰੀਕ ਉਹ ਆਪਾਂ ਐਡ ਕਰਦੇ ਠੀਕ ਹੈ ਜੀ 29 ਫਰਵਰੀ ਆਪਾਂ ਦੇਖੀਏ ਜੋ ਲੀਪ ਦੇ ਸਾਲ ਦੇ ਵਿੱਚ ਆਉਣੀ ਹੈ ਉਹ ਆਪਾਂ ਫਾਈਂਡ ਕੀਤੀ ਹੈ 97 ਤਾਂ 97 ਆਪਾਂ ਇਹਦੇ ਵਿੱਚ ਐਡ ਕਰਦੇ ਤਾਂ ਟੋਟਲ ਆਪਣੇ ਕੋਲ ਕਿੰਨੇ ਆ ਗਏ 4497 ਆਪਣੇ ਕੋਲ ਕੀ ਆ ਗਏ ਐਨੀ ਵਾਰ ਜੋ 400 ਸਾਲ ਦੇ ਵਿੱਚ ਆਪਣੇ ਕੋਲ 29 ਤਰੀਕ ਆਏਗੀ ਠੀਕ ਹੈ ਜੀ ਚਲੋ ਜੀ ਸੋ ਅੱਜ ਦੀ ਕਲਾਸ ਦੇ ਵਿੱਚ ਆਪਣਾ ਅਨੇਰ ਰਹੇਗਾ ਠੀਕ ਹੈ ਜੀ ਅੱਜ ਦੇ ਕਲਾਸ ਦੇ ਵਿੱਚ ਆਪਾਂ ਜੋ ਕੈਲੰਡਰ ਦਾ ਬੇਸਿਕ ਜਾਂ ਕਨਸੈਪਟ ਸੀਗਾ ਠੀਕ ਹੈ ਜੀ ਜੋ ਬੇਸਿਕ ਕਨਸੈਪਟ ਸੀਗਾ ਉਹ ਆਪਾਂ ਅੱਜ ਕਵਰ ਕੀਤਾ ਠੀਕ ਹੈ ਜੀ ਸੋ ਅੱਜ ਦੇ ਕਲਾਸ ਦੇ ਵਿੱਚ ਆਪਾਂ ਇੱਕ ਲੀਪイヤー ਫਾਈਂਡ ਕਰਨੀ ਸਿੱਖਿਆ ਠੀਕ ਹੈ ਜੀ ਵੀ ਕਿਹੜਾ ਸਾਲ ਲੀਪ ਦਾ ਈਅਰ ਆ ਕਿਹੜਾ ਆਪਣੇ ਕੋਲ ਹੈ ਨਹੀਂ ਠੀਕ ਹੈ ਜੀ ਤੇ ਦੂਸਰਾ ਆਪਾਂ ਸਿੱਖਿਆ ਵੀ ਕਿੰਨੇ ਸਾਲ ਦੇ ਵਿੱਚ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਹੋਣਗੇ ਠੀਕ ਹੈ ਜੀ ਚਲੋ ਜੀ ਤੇ ਜੋ ਆਪਣੇ ਕੋਲ ਬਾਕੀ ਅੱਗੇ ਦਾ ਜੋ ਬੇਸਿਕਾ ਜੋ ਆਪਣੇ ਕੋਲ ਕਨਸੈਪਟ ਬਚ ਗਿਆ ਤੇ ਜਿੰਨੇ ਵੀ ਆਪਣੇ ਕੋਲ ਐਗਜ਼ਾਮ ਦੇ ਜਿੰਨੇ ਟਾਈਪ ਦੇ ਆਪਣੇ ਕੋਲ ਕੁਐਸਚਨਸ ਬਣਦੇ ਨੇ ਉਹ ਆਪਾਂ ਕਰਾਂਗੇ ਨੈਕਸਟ ਕਲਾਸਿਸ ਦੇ ਵਿੱਚ ਠੀਕ ਹੈ ਜੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਕਲਾਸ ਜੋ ਪਸੰਦ ਆਈ ਹੋਗੀ ਜੇ ਅੱਜ ਦੀ ਕਲਾਸ ਪਸੰਦ ਆਈ ਹੈ ਤਾਂ ਇਸ ਵੀਡੀਓ ਕਲਾਸ ਨੂੰ ਲਾਈਕ ਕਰ ਦਿਓ ਤੇ ਜੇਕਰ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਠੀਕ ਹੈ ਦੋਸਤੋ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਜੈ ਹਿੰਦ